ਚਲ ਚੰਗਾ ਕਰਨ ਵੀ ਮੈਂ ਚੱਲਦਾ ਫਿਰ ਹੈ ਹਾਂਜੀ ਹਾਂ ਜਾਓ ਤੁਸੀਂ ਪਰ ਨਾ ਗੁਰੂ ਘਰ ਮੱਥਾ ਟੇਕ ਜੋ ਜਾਂਦੇ ਜਾਂਦੇ ਖਬਰ ਆਪਣੀ ਪਰਮਾਤਮਾ ਸੁਣੇ ਲਵੇ ਕੋਈ ਕੰਮ ਬਣੀ ਜਾਵੇ ਉਹ ਕਰਮਜੀਤ ਉਹ ਮੈਂ ਤਾਂ ਹਰ ਵਾਰੀ ਮੱਥਾ ਟੇਕਦਾ ਗੁਰੂ ਘਰ 'ਚ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਬਣਦਾ ਤਾਂ ਹੈ ਨਹੀਂ ਕੰਮ ਮੇਰਾ ਤਾਂ ਨਾ ਹੁਣ ਮਨ ਜਾ ਉੱਠਿਆ ਪਿਆ ਗਾ ਨਹੀਂ ਜੀ ਤੁਸੀਂ ਐਂ ਨਾ ਕਹੋ ਪਰਮਾਤਮਾ ਇੱਕ ਦਿਨ ਦਾ ਆਪਣੀ ਸੁਣੂਗਾ ਤੁਸੀਂ ਜਾਓ ਆਰਾਮ ਨਾਲ ਕੰਮ 'ਤੇ ਪਰ ਗੁਰੂ ਘਰ ਜ਼ਰੂਰ ਚਲੇ ਜਾਏ ਉਹ ਰੱਬ ਆਪਣੇ ਲਈ ਨਹੀਂ ਹੈਗਾ ਇਹ ਤਾਂ ਲੋਕਾਂ ਲਈ ਹੈ ਐਂ ਨਾ ਕਹੋ ਜੀ ਜਦ ਰੱਬ ਨਾ ਸਾਰਿਆਂ ਬਾਰੇ ਸੋਚਦਾ ਤਾਂ ਆਪਣੀ ਬਾਰੇ ਵੀ ਜ਼ਰੂਰ ਸੋਚੂਗਾ ਤੁਹਾਨੂੰ ਕੀ ਕਹੀ ਜਾਂਦੀ ਹੈ ਰੱਬ ਨਹੀਂ ਤੁਹਾਡੇ ਵੇਲਣਾ ਬਾਰੇ ਸੋਚਦਾ ਭਾਈ ਮੈਂ ਜ਼ਰੂਰ ਸੋਚ ਲਿਆ ਨਹੀਂ ਤਾਂ ਲੱਭ ਲੈ ਮੁੰਡੇ ਕੋਈ ਕੰਮ ਆਪਣਾ ਨਹੀਂ ਭਾਈ ਇੱਥੋਂ ਜਾਓ ਮੈਂ ਨਹੀਂ ਤੁਹਾਨੂੰ ਵੇਲਣਾ ਨੂੰ ਰੱਖ ਸਕਦੀ ਕਿਹੜਾ ਖਵਾਵੇ ਤੁਹਾਨੂੰ ਮੰਮੀ ਤੁਸੀਂ ਆ ਕੀ ਕਹੀ ਜਾਂਦੇ ਹੋ ਜੇ ਮੈਨੂੰ ਕੰਮ ਨਹੀਂ ਮਿਲਦਾ ਤਾਂ ਮੇਰਾ ਥੋੜਾ ਕਸੂਰ ਹੈ ਕੋਈ ਇਹਦੇ ਵਿੱਚ ਗਰਿੰਦਰ ਆ ਕੁਛ ਕਹਿੰਦੇ ਹੁੰਦੇ ਤੈਨੂੰ ਬਹੁਤ ਟਾਈਮ ਹੋ ਗਿਆ ਅਸਲ 'ਚ ਪਤਾ ਗੱਲ ਕੀ ਹੈ ਤੇਰੀ ਕੰਮ ਕਰਨ ਦੀ ਨੀਤ ਨਹੀਂ ਹੈਗੀ ਤੈਨੂੰ ਵਿਹਲਾ ਰਹਿਣ ਦਾ ਸੁਭਾਅ ਬਣ ਗਿਆ ਮੰਮੀ ਤੁਸੀਂ ਐਂ ਨਾ ਕਹੋ ਅੱਜ ਕੱਲ੍ਹ 'ਚ ਨਾ ਇਹਨਾਂ ਨੂੰ ਕੰਮ ਮਿਲ ਜੂਗਾ ਫਿਰ ਅਸੀਂ ਖਰਚੇ 'ਚ ਵੀ ਹੱਥ ਵਟਾਵਾਂਗੇ ਤੁਹਾਡਾ ਲੈ ਵਟਾਵੋਗੇ ਤੁਸੀਂ ਹੱਥ ਕਿੱਥੇ ਦੋਏ ਜਣੇ ਦਸ ਦੱਦ ਲੱਗੇ ਪਏ ਨੇ ਕਿੱਥੋਂ ਖਰਚਾ ਕਰੀਏ ਤੁਹਾਡਾ ਇੰਨਾ ਨਾਲੇ ਇੱਕ ਗੱਲ ਭਾਈ ਹੋਰ ਪਹਿਲਾਂ ਤਾਂ ਸੀਗਾ ਤੂੰ ਇਕੱਲਾ ਜਣਾ ਹੁਣ ਤਾਂ ਦੋ ਦੋ ਜਣੇ ਹੋ ਗਏ ਬਹੁਤ ਔਖਾ ਹੋ ਗਿਆ ਨਾਲੇ ਮੇਰੀ ਗੱਲ ਸੁਣ ਲੈ ਭਾਈ ਤੂੰ ਨਾ ਸਾਡੀ ਗੱਲ 'ਚ ਦਖਲ ਅੰਦਾਜ਼ੀ ਕਰਿਆ ਕਰ ਚੁੱਪ ਕਰਕੇ ਰਿਹਾ ਕਰ ਤੂੰ ਨਵੀਂ ਨਵੇਲੀ ਹੈ ਇਹ ਮੰਮੀ ਤੁਸੀਂ ਕੀ ਇਹਨਾਂ ਨਾਲ ਮਗਜ ਖਪਾਈ ਕਰੀ ਜਾਂਦੇ ਹੋ ਇਹ ਤਾਂ ਛਤਰਾ ਦੇ ਪੀਰ ਨੇ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ ਇਹਨਾਂ ਨੂੰ ਕੋਈ ਸ਼ਰਮ ਆਉਂਦੀ ਆ ਇਹ ਤਾਂ ਵਿਹਲੇ ਨੇ ਤੁਸੀਂ ਆਪਣੇ ਕਹਿੰਦੇ ਦਿਮਾਗ ਖਰਾਬ ਕਰੀ ਜਾਂਦੇ ਹੋ ਬਈ ਹੋਰ ਮੈਂ ਕੀ ਕਰਾਂ ਪੁੱਤ ਉਹ ਛੋਟੇ ਵੀਰ ਆਹ ਤੂੰ ਕੀ ਕਹੀ ਜਾਂਦਾ ਏਦਾਂ ਤੂੰ ਧੱਕੇ ਮਾਰ ਲੇਗਾ ਮੈਂ ਵੀ ਇਸ ਘਰ ਦਾ ਪੁੱਤ ਹੈ ਵੱਡਾ ਮੈਂ ਏਦਾਂ ਨਹੀਂ ਮੈਂ ਜਾਂਦਾ ਕਿਤੇ ਵੀ ਸੁਣ ਲੈ ਤੂੰ ਤੂੰ ਆਹ ਗੱਲਾਂ ਨੇ ਜਿਹੜੀਆਂ ਤੂੰ ਮੈਨੂੰ ਗੱਲਾਂ ਸੁਣਾਉਣਾ ਨਾ ਇਹ ਤਾਂ ਮੈਂ ਡਰਨ ਵਾਲਾ ਨਹੀਂ ਹੈਗਾ ਸਮਝ ਗਿਆ ਉਹ ਮੇਰਾ ਹਿੱਸਾ ਘਰ ਦੇ ਵਿੱਚ ਐਂ ਧੱਕੇ ਤੁਸੀਂ ਕਿਵੇਂ ਮਾਰ ਲਓਗੇ ਮੈਨੂੰ ਆ ਤੇਰਾ ਹਿੱਸਾ ਵਿਹਲੜ ਦਾ ਆ ਦੇਖੀ ਮੰਮੀ ਨੂੰ ਹਿੱਸਾ ਦਈਏ ਇਹਨੂੰ ਵਿਹਲੇ ਨੂੰ ਹੈ ਇਹਨਾਂ ਨੂੰ ਤਾਂ ਇਹੀ ਗੱਲਾਂ ਆਉਂਦੀਆਂ ਨੇ ਤੂੰ ਚੁੱਪ ਕਰ ਜਾ ਕੋਈ ਨਾ ਇਹ ਤਾਂ ਤੂੰ ਆ ਜਾ ਕੇ ਕੰਮ ਦੇਖ ਲੈ ਆਪਣਾ ਨਹੀਂ ਇਹ ਤਾਂ ਨਿਕਲੋ ਵਿਹਲੜੋ ਚਲੋ ਕੰਮ ਦੇਖੀ ਤਾਂ ਜਾਂਦੇ ਹੁਣ ਨਹੀਂ ਮਿਲਦਾ ਮੈਂ ਕਿਆ ਕਰਾਂ ਇਹ ਕੰਮ ਕਰਕੇ ਤਾਂ ਰਾਜੀ ਨਹੀਂ ਹੈਗੇ ਵੀਰ ਇਹਨਾਂ ਨੇ ਕੰਮ ਨਹੀਂ ਪਹਿਲਾਂ ਮੈਨੂੰ ਐਂ ਦੱਸ ਵੀ ਇਹ ਤੇ ਸਾਡਾ ਕਸੂਰ ਹੈ ਜੇ ਤੈਨੂੰ ਕੰਮ ਨਹੀਂ ਮਿਲਦਾ ਜੇ ਕਰਨੇ ਹੋ ਤੈਨੂੰ ਅਸੀਂ ਵਿਹਲੇ ਨੂੰ ਰੋਟੀ ਨਹੀਂ ਦੇਣੀ ਹੈਗੀ ਮੈਂ ਸਿੱਧੀ ਗੱਲ ਦੱਸਾਂ ਤੈਨੂੰ ਮੈਂ ਕੰਮ ਕਰੇਗਾ ਤਾਂ ਰੋਟੀ ਖਾਏਗਾ ਮੰਮੀ ਤੁਸੀਂ ਮੈਨੂੰ ਕਹੀ ਜਾਨੋ ਕੰਮ ਕੰਮ ਇਹਨੂੰ ਵੀ ਕਹਿ ਲਓ ਸਾਲ ਹੋ ਗਏ ਨੂੰ ਪੜ੍ਹਾਈ ਛੱਡੇ ਨੂੰ ਇਹਨੂੰ ਵੀ ਨੌਕਰੀ ਨੂੰ ਕਹੋ ਕਿਸੇ ਨੂੰ ਲੈ ਗੱਲਾਂ ਸੁਣ ਲਓ ਇਹਦੀਆਂ ਬੜੇ ਨਵਾਬ ਦੀਆਂ ਤੂੰ ਇਹਦੀ ਕੀ ਰੀਸ ਕਰੇਗਾ ਇਹ ਤਾਂ ਐਡੇ ਘਰ ਦਾ ਮਾਲਕ ਹੈ ਨਾਲੇ ਤੂੰ ਕੀ ਹਿੱਸਾ ਹਿੱਸਾ ਕਰਦਾ ਤੇਰਾ ਕੋਈ ਹਿੱਸਾ ਨਹੀਂ ਹੈਗਾ ਇਹ ਕਰਦੇ ਭਲੇਖਾ ਤੂੰ ਆਪਣੇ ਮਨ ਚੋਂ ਲੈ ਮੰਮੀ ਮੇਰਾ ਹਿੱਸਾ ਕਾਹਤੇ ਨਹੀਂ ਹੈਗਾ ਜਿੰਨਾ ਉਹਦਾ ਉਹਨਾਂ ਹਿੱਸਾ ਮੇਰਾ ਤੇਰਾ ਹਿੱਸਾ ਬੜੇ ਨਵਾਬ ਦਾ ਮੰਮੀ ਕੁਛ ਤਾਂ ਇਹਨਾਂ ਦੇ ਨਾਮ ਵੀ ਹੋਊ ਗਈ ਇਹਦੇ ਨਾਮ ਕੁਛ ਨਹੀਂ ਹੈਗਾ ਤੁਸੀਂ ਇਹ ਨਾ ਰੱਖੋ ਲਾਲਸਾ ਵੀ ਤੁਹਾਨੂੰ ਇੱਥੇ ਕੁਛ ਮਿਲ ਜੂਗਾ ਤਾਂ ਹੀ ਤਾਂ ਤੁਹਾਨੂੰ ਕਹਿਣੀ ਹੈ ਵੀ ਜਾਓ ਇੱਥੋਂ ਬਥੇਰੇ ਕਿਰਾਏ ਤੇ ਘਰ ਮਿਲਦੇ ਨੇ ਜਾ ਕੇ ਉੱਥੇ ਰਹੋ ਛੱਡੋ ਸਾਡਾ ਪਿੰਡ ਆ ਮੰਮੀ ਜਿਵੇਂ ਇਹ ਪੁੱਤ ਹੈਗਾ ਇਹ ਵੀ ਤੇ ਇਸ ਘਰ ਦਾ ਪੁੱਤ ਹੈਗਾ ਅੱਛਾ ਹੁਣ ਤੂੰ ਦੱਸੇਂਗੀ ਸਾਨੂੰ ਵੀ ਕੌਣ ਪੁੱਤ ਹੈ ਕੌਣ ਨਹੀਂ ਹੈਗਾ ਚੁੱਪ ਕਰਕੇ ਤੁਰਦੇ ਲੱਗ ਜਾ ਵਿਹਲੜ ਨਾ ਹੋਣ ਕਿਸ ਥਾਂ ਦੇ ਓ ਗੱਲ ਸੁਣੋ ਏ ਤੂੰ ਕਿਹੜੇ ਹਿੱਸਾ ਪਾਲਦਾ ਵਾ ਹੈ ਮੇਰਾ ਵੀ ਤਾਂ ਹਿੱਸਾ ਚਾਹੇ ਨਾ ਦੋ ਪਰ ਹਿੱਸਾ ਤਾਂ ਮੇਰਾ ਹੈਗਾ ਇਸ ਘਰ ਦੇ ਵਿੱਚ ਬਾਜਾ ਬਾਜਾ ਹਿੱਸਾ ਨਾ ਪਾਲ ਹੁਣ ਤੈਨੂੰ ਮੈਂ ਦੰਨਾ ਹਿੱਸਾ ਹੁਣ ਤਾਂ ਤੂੰ ਧੱਕੇ ਦੇ ਕਾਬਲ ਹੈਗਾ ਹੀ ਹੈਗਾ ਚੱਲ ਬਾਹਰ ਆ ਆ ਤੁਸੀਂ ਕੀ ਕਰੀ ਜਾਂਦੇ ਹੋ ਓ ਚੱਲ ਯਾਰ ਜਗਰੂਪ ਛੋਟੇ ਵੀਰ ਏਦਾਂ ਕਾਹਨੂੰ ਕਰਦਾ ਯਾਰ ਯਾਰ ਸਾਡਾ ਕਸੂਰ ਕੀ ਹੈ ਵੀਰ ਉਹ ਬਹਿ ਕੇ ਗੱਲ ਕਰ ਲੈਣੀ ਯਾਰ ਮੈਨੂੰ ਮਿਲ ਜਾਣਾ ਕੰਮ ਹਾਏ ਜੀ ਇਹਨਾਂ ਨੇ ਤਾਂ ਬਾਹਰ ਕੱਢਤਾ ਆਪਾਂ ਦੱਸੋ ਹੁਣ ਕਿੱਥੇ ਜਾਵਾਂਗੇ ਤੂੰ ਕਾਬਰ ਨਾ ਕਰਮਜੀਤ ਰੱਬ ਸਾਰਿਆਂ ਦਾ ਨਾ ਤੂੰ ਹੀ ਕਹਿੰਦੀ ਹੁੰਦੀ ਹੈ ਕੋਈ ਨਹੀਂ ਆਪਾਂ ਨੂੰ ਕਿਤੇ ਨਾ ਕਿਤੇ ਰਹਿਣ ਬਸੇਰਾ ਮਿਲ ਜੂਗਾ ਮਤਰੇ ਮਤਰੇ ਹੁੰਦੇ ਆ ਸਕੇ ਸਕੇ ਹੁੰਦੇ ਆ ਗੱਲ ਸੁਣ ਨਾ ਤਾਂ ਘਰ ਆਪਣਾ ਗਾ ਨਾ ਜ਼ਮੀਨ ਆਪਣੀ ਹੈਗੀ ਕੀ ਆਪਣਾ ਇੱਥੇ ਤੂੰ ਚੱਲ ਆ ਜਾ ਕਿੱਥੇ ਜਾਵਾਂਗੇ ਦੇਖਿਓ ਆਪਾਂ ਐਡੀ ਵੱਡੀ ਦੁਨੀਆ ਕੋਈ ਤਾਂ ਸਿਰ ਢੱਕਣ ਨੂੰ ਜਗ੍ਹਾ ਦਊਗਾ ਚੱਲ ਕਰਮਜੀਤ ਆਪਣਾ ਇੱਥੇ ਕੋਈ ਨਹੀਂ ਹੈਗਾ ਚੱਲ ਆ ਜਾ ਆ ਜਾ ਮੈਂ ਬੋਲ ਬੋਲ ਕੇ ਡਰਾਉਂਦੇ ਨੇ ਪੁੱਤ ਹਜੇ ਉਹ ਚੱਲ ਵਧੀਆ ਹੋਇਆ ਮੈਂ ਤਾਂ ਮੌਕਾ ਸੀ ਆਪਣੇ ਕੋਲ ਨਿਕਲ ਗਏ ਚੱਲ ਚੰਗਾ ਕਰਿਆ ਆਪਣਾ ਗਏ ਇੱਥੇ ਨਾਲ ਇੱਕ ਗੱਲ ਹੋਰ ਗਰਿੰਦਰ ਨਾ ਬੜਾ ਅਣਖੀ ਜਿਹਾ ਉਹਨੂੰ ਨਹੀਂ ਆਉਣਾ ਵੀ ਹੈ ਨਹੀਂ ਚੱਲ ਵਧੀਆ ਨਾ ਆਵੇ ਆਪਾਂ ਨੇ ਕੀ ਕਰਾਉਣਾ ਇੱਥੋਂ ਕਰਾਉਣਾ ਤਾਂ ਹੈ ਨਹੀਂ ਆਪਣੇ ਕੋਲ ਮੌਕਾ ਸੀ ਆਪਾਂ ਤਾਂ ਕੱਢਣ ਨੂੰ ਫਿਰਦੇ ਸੀ ਨਾ ਹਾਂ ਅੱਜ ਆਪਾਂ ਨੂੰ ਮੌਕਾ ਮਿਲ ਗਿਆ ਵਿਹਲੜ ਖਾਂਦੇ ਤੇ ਵਿਹਲਾ ਇੱਥੇ ਦੱਦ ਲੱਗੇ ਤੇ ਹਾਂ ਵਧੀਆ ਹੋਇਆ ਵਧੀਆ ਹੋਇਆ ਚੱਲ ਤੂੰ ਮੈਨੂੰ ਪਾਣੀ ਪੜਾ ਘੁੱਟ
चल पानी पिलाउनी एक तो गर्मी इन्नी है किथे करे गया जी हुन नहीं मेथे तुरिया जा रहा ओ आ घर आ गया आही घर हैगा आ जा हाय ये तो बहुत बड़ा घर हैगा घर तो बहुत बड़ा है पर लाडी का कहता भी एक कमरा खुला डुला बेड़ा है इन्ने वे घर का आप किराया कि देवे जी अपनी तो कोई आमदन भी नहीं हैगी एक मिनट हैलो हाँ लाडी भीर असी ना घर के सामने खड़े है हाँ अंदर तो लंघ जूंगे पर भीर तो घर बहुत बड़ा गा सातों ने भीर किराया दे होना इन्ना अच्छा हाँ ठीक हैगा अच्छा उपर है अच्छा स्टोर भी हैगा एक ठीक है फिर किराया किराया किन्ना होगा लड्डी बीरी का अच्छा अच्छा आंटी अंकल कल ही रहते ने न्याणे बाहर ने ठीक है तो फिर मैं किराया तो एडवांस लैन गए है अच्छा कोई चक्कर नहीं बाद दे दो है ठीक है चल फिर मैं गल करदा है ना आंटी अंकल नाल बैल मार के देखदा ठीक है तुम्हें गल की हुई है ना मैं थोड़ा नाम ले दूंगा जाके फिर अच्छा ठीक है थोड़े घर वाली दी भूआ जी ने ये ओके ठीक है ठीक है वीर मेहरबानी बहुत मेहरबानी वीर तेरी ठीक है लै आता जी लाडी की घर वाली है उसकी भूआ जी है कहते भी किराया चाहे जब मर्जी दे दो भी तुम नाम ले दो मेरा तुम आपका रखो जाके चला जाए गल कर कमरा तो खास ही उपर है चलो कमरा तो मिले जी आजा 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 जगह तो खुली है और खुलड़ूला बेड़ा है ना हाँ जी हाँ कमरा भी बहुत खुला है हाँ जी कमरा तो खुलेगा चल आजा पक्का पुखा ला चलो छत तो मिली जी पखे की सोच ला के देखियो चल गया आजा कदों दे फिरते हैं थक गए चल कमरा तो मिले अपन है ना हाँ जी सफाई करना ही है मैं ना सफाई कर लूंगी थोड़ी जी है ना पर मैं एक गल कह जी सुन मैं भुख बहुत लग रही है जदों दे आपां घर तो निकला ना कुछ नहीं खाता है तुसी जे कुछ खाण नूं लिया मैं चल इदा कर तू तू कर सफाई मैं ले आना कुछ खाने ठीक है हाँ जी हाँ लेके आओ हूँ तो ना भुख बर्दाश्त नहीं हो रही है हे वाहेगुरु शुक्र है छत तो मिली एवं कम भी मिल जूगा चल देखती हाँ ढोल ढोल जे बारे करता भी रुपये ये ना एक ब्रैड आऊगा हूँ की करा मैं चल इदा करदा एक ब्रैड ले लेना ढिड का भरूगा वह मेरा की है मैं ना सार लूंगा अपने इतने कर ली सफाई आ गए जी तुसी आजा बैठ खा ले आए जी खाने हाँ ले थक गए खा ले तुसी इक्को ही लेके आए हो जी हाँ मैं उत्थे खा लिया था फिर मैनू भुख लगी हुई थी गरम गरम मैं क्या ठंडा हो जाना मैं उत्थे खा लिया था फिर ਤੁਸੀਂ ਨਾ ਮੈਨੂੰ ਮੂੰਹ ਤੋਂ ਤਾਂ ਝੂਠ ਬੋਲ ਸਕਦੇ ਹੋ ਪਰ ਅੱਖਾਂ ਤੋਂ ਨਹੀਂ
ਤੁਸੀਂ ਅੱਖਾਂ 'ਚ ਪਾ ਰਹੇ ਹੋ ਮੇਰੇ ਤੋਂ। ਐਂ ਕਰੋ ਜੀ, ਆਪਾਂ ਨਾ ਅੱਧਾ ਅੱਧਾ ਕਰ ਲੈਂਦੇ ਹਾਂਗੇ। ਆ ਲਓ, ਤੁਸੀਂ ਵੀ ਖਾ ਲਓ ਅਤੇ ਮੈਂ ਵੀ ਖਾ ਲੂੰਗੀ। ਤੁਸੀਂ ਖਾਓ, ਮੈਨੂੰ ਪਤਾ ਹੈਗਾ ਵੀ ਤੁਹਾਨੂੰ ਵੀ ਭੁੱਖ ਲੱਗੀ ਹੈ। ਇੱਕ ਗੱਲ ਕਹਾਂ ਕਰਮ ਜੀ, ਯਾਰ ਮੈਨੂੰ ਮਾਫ਼ ਕਰ ਦੇ। ਤੁਸੀਂ ਕਿਹੜੀ ਚੀਜ਼ ਦੀ ਮਾਫ਼ੀ ਮੰਗੀ ਜਾਂਦੇ ਹੋ? ਤੁਸੀਂ ਮੇਰੇ ਤੋਂ ਮਾਫ਼ੀ ਮੰਗ ਕੇ ਮੈਨੂੰ ਨਾ ਪਾਪਾ ਦੇ ਭਾਗੀ ਨਾ ਕਰੋ। ਤੁਸੀਂ ਤਾਂ ਮੇਰਾ ਢਿੱਡ ਭਰਿਆ ਗਾ ਲਿਆ ਕੇ। ਮੈਂ ਮਾਫ਼ੀ ਨਾ ਮੰਗਾਂ ਤਾਂ ਹੋਰ ਕੀ ਕਰਾਂ? ਮੈਂ ਤਾਂ ਇੱਕ ਚੰਗਾ ਪਤੀ ਵੀ ਨਹੀਂ ਬਣ ਸਕਿਆ। ਤੇਰਾ ਤਾਂ ਕਸੂਰ ਹੈ ਨਹੀਂ ਕੋਈ, ਮੇਰੇ ਨਾਲ ਨਾਲ ਨਾ ਤੈਨੂੰ ਵੀ ਧੱਕੇ ਖਾਣੇ ਪੈ ਰਹੇ ਨੇ। ਮੈਂ ਤਾਂ ਮਾਫ਼ੀ ਮੰਗਦਾ। ਮੇਰੀ ਗੱਲ ਸੁਣੋ ਜੀ, ਧੱਕੇ ਕੀ ਹੈਗੇ? ਜਿੱਥੇ ਤੁਸੀਂ ਰਹੋਗੇ ਮੈਂ ਵੀ ਉੱਥੇ ਹੀ ਰਹੂੰਗੀ। ਤੁਸੀਂ ਇਹ ਗੱਲ ਦੀ ਟੈਨਸ਼ਨ ਨਾ ਲਓ। ਦੇਖਿਓ, ਅੱਜ ਰੱਬ ਨੇ ਆਪਾਂ ਨੂੰ ਕਮਰਾ ਦਿੱਤਾ, ਕੱਲ੍ਹ ਤੁਹਾਨੂੰ ਕੰਮ ਵੀ ਜ਼ਰੂਰ ਮਿਲ ਜੂਗਾ। ਮੈਨੂੰ ਪਰਮਾਤਮਾ 'ਤੇ ਪੂਰਾ ਭਰੋਸਾ ਹੈਗਾ ਜੀ। ਮੈਂ ਇੱਕ ਗੱਲ ਪੁੱਛਿਆ ਤੁਹਾਨੂੰ, ਤੁਹਾਡੇ ਪਾਪਾ ਨੇ ਤੁਹਾਡੇ ਨਾਮ ਕੁਛ ਵੀ ਨਹੀਂ ਲਵਾਇਆ ਹੈਗਾ ਅਤੇ ਤੁਹਾਡੇ ਲਈ ਤਾਂ ਬਹੁਤ ਕੁਛ ਹੈਗਾ। ਮੈਨੂੰ ਤਾਂ ਐਂ ਲੱਗੇ ਵੀ ਤੁਹਾਡੇ ਕੋਲ ਹੈਗਾ, ਤੁਹਾਡੇ ਨਾਮ ਹੋਣਾ ਕੁਛ। ਕਰਮਜੀਤ, ਤੁਹਾਨੂੰ ਮੈਂ ਕਿਹਾ ਦੱਸਾਂ, ਕੁਝ ਨਹੀਂ ਹੈਗਾ ਮੇਰੇ ਨਾਂ। ਜਦੋਂ ਮੰਮਾ ਦੀ ਡੈਥ ਹੋਈ ਸੀ ਨਾ ਤਾਂ ਮੈਂ ਸਾਰਾ 15 ਕੁ ਸਾਲਾਂ ਦਾ ਸੀ ਅਤੇ ਪਾਪਾ ਅਪਸੈਟ ਲੱਗ ਗਏ ਸੀ ਰਹਿਣ, ਅਤੇ ਉਸ ਤੋਂ ਬਾਅਦ ਭੂਆ ਹੋਰਾਂ ਨੇ ਚੱਕ ਚੁਕਾ ਕੇ ਪਾਪਾ ਦਾ ਵਿਆਹ ਕਰਤਾ, ਅਤੇ ਵਿਆਹ ਕਰਤਾ ਮੰਮੀ ਨਾਲ। ਆ ਮੰਮੀ ਤੋਂ ਬਾਅਦ ਪਾਪਾ ਬਿਲਕੁਲ ਹੀ ਬਿਮਾਰ ਰਹਿਣ ਲੱਗ ਗਏ ਕਿ ਨਾ ਤਾਂ ਇਹ ਮੇਰਾ ਖਿਆਲ ਰੱਖਦੇ ਸੀ ਨਾ ਪਾਪਾ ਦਾ ਖਿਆਲ ਰੱਖਦੇ ਸੀ। ਮੰਮੀ ਨੇ ਇੰਨੀ ਜ਼ੋਰ ਜ਼ਬਰਦਸਤੀ ਕੀਤੀ ਨਾ ਪਾਪਾ ਨਾਲ, ਸਾਰੀ ਜ਼ਮੀਨ ਆਪਦੇ ਨਾਂ ਲਗਵਾ ਲਈ। ਜਦੋਂ ਜ਼ਮੀਨ ਨਾਂ ਲਗਵਾ ਲਈ ਨਾ ਮੰਮੀ ਨੇ, ਅਤੇ ਉਸ ਤੋਂ ਬਾਅਦ ਨਾ ਘਰ 'ਚ ਲੜਾਈ ਝਗੜਾ ਹੋਣ ਲੱਗ ਗਿਆ ਅਤੇ ਜਗਰੂਪ ਵੀ ਹੋ ਗਿਆ ਸੀ। ਅਤੇ ਪਾਪਾ ਨੇ ਤਾਂ ਫਿਰ ਸਾਲ ਕੀ ਕੱਢਿਆ ਜਗਰੂਪ ਹੋਣ ਤੋਂ ਬਾਅਦ, ਅਤੇ ਜਦੋਂ ਜਗਰੂਪ ਵੱਡਾ ਹੋ ਹੀ ਗਿਆ ਉਹ ਵੀ ਮੇਰਾ ਨਫ਼ਰਤ ਕਰੀ ਗਿਆ। ਵਾਹ ਕਹਾਣੀ ਹੈ, ਮੈਂ ਤਾਂ ਇੱਕ ਨੌਕਰਾਂ ਵਾਂਗੂ ਰਹਿੰਦਾ ਸੀ ਉੱਥੇ। ਤੇਰੇ ਨਾਲ ਵਿਆਹ ਹੋਇਆ ਤਾਂ ਥੋੜ੍ਹੀ ਜੀਣ ਦੀ ਇੱਛਾ ਹੋਈ, ਪਰ ਇਹਨਾਂ ਨੇ ਤੇਰੇ ਨਾਲ ਵੀ ਮਾੜਾ ਕੀਤਾ। ਬਸ ਇਹ ਕਹਾਣੀ ਹੈ ਮੇਰੀ ਸਾਰੀ। ਤੁਹਾਡੇ ਨਾਲ ਤਾਂ ਜੀ ਬਹੁਤ ਮਾੜਾ ਹੋਇਆ। ਚਲੋ ਜੀ, ਕੋਈ ਗੱਲ ਨਹੀਂ, ਤੁਸੀਂ ਆਹ ਖਾ ਲਓ, ਮੈਂ ਪਾਣੀ ਲਿਆ ਦਿੰਦੀ ਹਾਂ, ਨਹੀਂ ਤੁਸੀਂ ਨਹਾ ਲਓ, ਹੈ ਨਾ, ਨਹਾ ਕੇ ਰਿਲੈਕਸ ਜਿਹਾ ਹੋ ਜਾਓਗੇ। ਠੀਕ ਹਾਂ, ਸਮਾਨ ਤਾਂ ਆਇਆ ਪਿਆ, ਪੈਸੇ ਤਿਆਰ ਨੇ, ਬਾਵਾ ਹੁਣੇ ਆਇਆ 2 ਮਿੰਟ, ਬਸ ਠੀਕ ਹੈ, ਚੌਂਕ 'ਚ ਖੜ ਜੀ। ਚੰਗਾ, ਜਗਰੂਪ ਬੇ ਪੁੱਤ, ਜਗਰੂਪ ਰਸੋਈ ਦਾ ਸਾਰਾ ਰਾਸ਼ਨ ਖਤਮ ਹੋਇਆ ਪਿਆ, ਮੈਨੂੰ ਲੈ ਕੇ ਚੱਲੀ ਨਾਲ, ਤੂੰ ਕਿੱਥੇ ਚੱਲਿਆ? ਉਹ ਮੰਮੀ, ਹੁਣ ਤੂੰ ਵਿੱਚ ਪੰਗਾ ਪਾ ਲਿਆ, ਮੈਂ ਕਦੇ ਕੰਮ ਜ਼ਰੂਰੀ ਜਾਣਾ ਹੁੰਦਾ, ਤੂੰ ਟੋਕਾ ਟਕਾਈ ਵਿੱਚ ਕਰ ਲਿਆ ਕਰ। ਨਾਲੇ ਆ ਕੀ ਲੁਕਾਉਂਦਾ ਜਾ ਮੇਥੋਂ, ਮੈਨੂੰ ਸਭ ਪਤਾ ਪੁੱਤ, ਤੂੰ ਇਹ ਪੁੱਠੇ ਕੰਮ ਛੱਡ ਦੇ, ਇਹ ਕੰਮ ਬਹੁਤੀ ਦੇਰ ਨਹੀਂ ਚੱਲਦੇ ਹੁੰਦੇ, ਇਹ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ, ਤੂੰ ਕਿਉਂ ਪਾਗਲ ਹੋ ਗਿਆ? ਇਹ ਮਾਤਾ, ਇਹ ਕਿਹੜੇ ਪੁੱਠੇ ਕੰਮ ਲੱਗਦੇ ਤੈਨੂੰ? ਤੈਨੂੰ ਪਤਾ ਮੈਂ ਲੱਖਾਂ 'ਚ ਖੇਡਦਾ ਵਾਂ, ਤੂੰ ਮਾੜੇ ਕੰਮ ਦੱਸਦੀਆਂ ਜਿਨ੍ਹਾਂ ਨੂੰ। ਅੱਛਾ, ਜਿੱਦਾਂ ਫਸ ਗਿਆ ਤੈਨੂੰ ਕਿਸੇ ਨੇ ਨਹੀਂ ਛਡਾਉਣਾ, ਮੇਰੀ ਗੱਲ ਸੁਣ ਲੈ ਤੂੰ। ਉਹ ਕਿਹੜੇ ਫਸਣ ਫਸਾਉਣ ਦੀਆਂ ਗੱਲਾਂ ਕਰਦੀਆਂ ਤੂੰ? ਮੇਰੇ ਬੜੇ ਬੜੇ ਅਫਸਰਾਂ ਨਾਲ ਯਾਰੀ ਆ ਮੇਰੀ। ਅੱਛਾ, ਹਾਂ, ਆਪ ਲੇਖਾ ਕਰਦੇ ਤੂੰ, ਜਦ ਪੁੱਤ ਟਾਈਮ ਪੈ ਜਾਂਦਾ ਫਿਰ ਕੋਈ ਨਹੀਂ ਖੜਦਾ ਹੁੰਦਾ। ਅੱਛਾ, ਤੂੰ ਅਕਲ ਨੂੰ ਹੱਥ ਮਾਰ ਲੈ ਮਾੜਾ ਮੋਟਾ। ਮਾਤਾ, ਤੂੰ ਸਵੇਰੇ ਸਵੇਰੇ ਨਾ ਮੇਰਾ ਦਿਮਾਗ ਨਾ ਖਰਾਬ ਕਰ, ਮੈਂ ਗੁਰਿੰਦਰ ਨਹੀਂ ਹੈਗਾ, ਜਿਹੜੀਆਂ ਤੇਰੀਆਂ ਗੱਲਾਂ ਸੁਣੂਗਾ। ਬੇ, ਗੁਰਿੰਦਰ ਤਾਂ ਤੇਰੇ ਨਾਲੋਂ 100 ਗੁਣ ਚੰਗਾ ਸੀ, ਕਦੇ ਉਹਨੇ ਮੇਰਾ ਕਹਿਣਾ ਨਹੀਂ ਸੀ ਮੋੜਿਆ, ਜਿਹੜਾ ਕੰਮ ਲਾ ਨਹੀਂ ਸੀ ਕਰਕੇ ਦਿੰਦਾ ਸੀ ਵੀ ਲਾਵਾਂ ਕਿ ਮੈਂ ਕਰਤਾ ਹੁਣੇ। ਇਹ ਤਾਂ ਫਿਰ ਗੁਰਿੰਦਰੇ ਸੀ ਜਿਹੜੀਆਂ ਤੇਰੀਆਂ ਗੱਲਾਂ ਸੁਣੀ ਜਾਂਦਾ ਸੀ, ਨਾਲੇ ਪਿਓ, ਮੈਂ ਨਹੀਂ ਸੁਣਨ ਵਾਲਾ ਹੈਗਾ, ਨਾਲੇ ਮੇਰੇ ਰਸਤੇ 'ਤੇ ਨਾ ਖੜ, ਸਾਈਡ 'ਤੇ ਹੋ ਇੱਧਰ। ਉਹ ਤੂੰ ਬੋਲਦਾ ਕਿਵੇਂ ਆ ਇਹ? ਚੱਲ ਚੱਲ ਪਰੇ, ਦੇਖ ਲੈ। ਹਾਏ ਹਾਏ, ਨਹੀਂ ਮੈਂ ਮਰ ਜਾਂ, ਹਾਏ ਹਾਏ ਰੱਬਾ, ਕਿਹੋ ਜਿਹਾ ਟਾਈਮ ਆ ਗਿਆ, ਕਿਵੇਂ ਮੈਨੂੰ ਧੱਕਾ ਮਾਰ ਕੇ ਸਿੱਟ ਕੇ ਗਿਆ ਦੱਸ। ਇਹਨੂੰ ਕੀ ਪਤਾ ਪੁੱਤ, ਮੈਨੂੰ ਫਿਕਰ ਹੈ ਤੇਰਾ, ਤੂੰ ਪੁੱਠੇ ਕੰਮਾਂ 'ਚ ਪੈ ਗਿਆ, ਕਿਤੇ ਤੂੰ ਕਿਸੇ ਹੋਰ ਮੁਸੀਬਤ 'ਚ ਨਾ ਫਸ ਜਿਵੇਂ। ਤੇਰੇ ਕਰਕੇ ਤਾਂ ਮੈਂ ਗੁਰਿੰਦਰ ਨਾਲ ਵਧੀਕੀਆਂ ਕਰੀਆਂ ਨੇ, ਉਹਨੂੰ ਮੈਂ ਕਦੇ ਮਾਲਾ ਪਿਆਰ ਨਹੀਂ ਦੇ ਸਕੀ। ਪੁੱਤ, ਮੈਨੂੰ ਤਾਂ ਇਹੀ ਫਿਕਰ ਰਿਹਾ ਕਿਤੇ ਤੇਰਾ ਪਿਆਰ ਘੱਟ ਨਾ ਜਾਵੇ, ਮੈਂ ਤਾਂ ਤੇਰਾ ਪਿਆਰ ਵੰਡਣਾ ਨਹੀਂ ਸੀ ਚਾਹੁੰਦੀ। ਦੱਸ ਹੁਣ ਇਹ ਕਿਵੇਂ ਕਰਦਾ, ਕੀ ਬਣੂੰਗਾ ਅੱਗੇ ਅੱਗੇ? ਹਾਏ ਰੱਬਾ। ਲੈ, ਤੁਸੀਂ ਅੱਜ ਫੇਰ ਉਦਾਸ ਜਿਹੇ ਹੋ ਕੇ ਪੈ ਗਏ, ਤੁਸੀਂ ਉਦਾਸ ਕਾਹਤੇ ਹੋਗੇ? ਮੈਂ ਉਦਾਸ ਨਾ ਹੋਵਾਂ ਤਾਂ ਕੀ ਕਰਾਂ, ਕਿੰਨੇ ਦਿਨ ਹੋ ਗਏ ਕੋਈ ਕੰਮ ਤਾਂ ਮਿਲ ਨਹੀਂ ਰਿਹਾ ਹੈਗਾ, ਆ ਉੱਪਰੋਂ ਮਹੀਨਾ ਪੂਰੇ ਹੋਣ ਵਾਲਾ ਹੋ ਗਿਆ, ਕਿਰਾਇਆ ਸਿਰ ਚੜੂਗਾ, ਕਿੱਥੋਂ ਦੇਵਾਂਗੇ ਕਿਰਾਇਆ ਆਪਾਂ? ਓਹੋ, ਤੁਸੀਂ ਤਾਂ ਨਾ ਉਹੀਓ ਟੈਨਸ਼ਨ ਲੈ ਰੱਖੀ ਹੈਗੀ, ਮਿਲ ਜੂਗਾ ਕੋਈ ਨਾ ਕੋਈ ਕੰਮ, ਨਾਲੇ ਮੈਂ ਵੀ ਤਾਂ ਘਰ 'ਚ ਫ੍ਰੀ ਰਹਿੰਦੀ ਹੈਗੀ, ਕੋਈ ਨਾ ਕੋਈ ਕੰਮ ਮੈਂ ਕਰ ਲੂੰਗੀ। ਲੈ ਪਾਗਲ ਹੋ ਗਈ ਤੂੰ, ਤੂੰ ਮੇਰੇ ਹੁੰਦੇ ਕੰਮ ਕਾਹਦੇ ਕਰੂੰਗੀ?
मैं तेनों नहीं कम कर दे सकता, नाले जितना मैं कम मिलेगा मैं डबल ड्यूटी कर लूँगा, तू फिक्र ना कर, पर तेरे मोढ़े से मैं बोझ नहीं पाना चाहता। ओहो जी, मैं कड़ा बाहर जाने की गल कर रही हूँ, मैं घर बह के भी कम कर सकती हाँ। घर बह के कम मैं समझा नहीं। आ देखो जी आंटी की मशीन पई हैगी इतने, मैं सिलाई का काम शुरू कर दा जी। हाँ मैं सोचा ही नहीं, आता गल तेरी ठीक हैगी। हाँ जी, मैनू कपड़े तो सियाने आदि ने गे, मैं घर बैठी ही सिलाई करी जाऊँगी, तुम ड्यूटी कर लियो, कले बंद सिर पर नहीं बोझ बनना चाहिए, जे कोई ना कोई काम आता हो जनानी तो कर लेना चाहिए। तेरी गल बिल्कुल सही है, मैं भी अपनी किस्मत माड़ी कही गया, मेरी किस्मत तू है जी हर टाइम मेरे नाल परछावे वांगू रहिंदी है, मैनू माण है अपनी किस्मत ते। मेरी गल सुनो जी, तुम हूँ इतनी ना गल्ला मिलाई जाओ, देखियो 9-10 बज गए, ऐ करो तुम जाओ अज सुन काम कोई ना कोई मिले जाऊगा, जाके देखो परमात्मा का नाम लेके जाओ। चल कोई नहीं जी, आ गल ना मैं जाके काम लभदा अज। हाँ जी हाँ जाओ, ता ही अपना घर का खर्चा चलूगा, नाले मैं आंटी नू कह दिनी है कि 4 कस्टमर मेरे को भेज दूंगी, मैं भी कपड़े सिलाई करने लग जाऊंगी। नाले मैं तेनों एक होर गल कह, आंटी किन्ने चंगे ने है ना, पुत करते नहीं थकते। हाँ जी हाँ, मैंने तो आंटी ने ऐ भी कहा है भी तू एक सूट ची फिरी जानी हैगी, मैं तेन एक अद्धा सूट लेके दिनी हैगी, तू सूट सवा ली। मैं क्या कोई ना आंटी, सी तो मैं आप ही लैनी हैगी, मैं तुम हौली हौली पैसे दे दूंगी, तुम मैंने सूट लेके दे दो एक बार। चल मैनू भी ना तेरे रब से भरोसा होने लग गया थोड़ा थोड़ा, एको साड़ी माँ है जिन्हें अज तक मैं प्यार मेरा नौ मेल लता। चलो आप कानू किसी माड़ा कहना गा, तुम जाओ जी हूँ ये गल् छो। हे वाहेगुरु, अच तो इन्हों काम मिल जाए, मैं कहता दिनी हैगी इन्हों तो हौसला दे दिनी हाँ, पर मैं ना अंदरों अंदरी हूँ टुट गई, पर मैं ऐगा भी जे मैं इन्ना मूहरे डुस डुस करूँगी ना तो इन्हों का भी हौसला टुट जूगा, पर इन्होंने भी दलील तो बहुत झली है जी, जे मेरे झूठ बोलन इन्हों खुशी मिलती है तो यह झूठ नहीं हूँ है। हे परमात्मा, मैं तो आही कह रही हाँ भी अज इन्हों काम मिल जाए। ओ या, आ देखो चाय बना यार। भैया बिस्किट है आपके पास? एक पैकेट बिस्किट का देना। भैया कितने पैसे बने इसके? अब भैया चाय रहने दो, हम जा रहे हैं। गड्डी के सामने मोटरसाइकिल क्यों लाया अपना है? तू निकाल जो भी है तेरे पास। क्या निकालूं? तू निकाल। क्या निकालूं? बोलो कुछ, क्या निकालूं? तेरे को पता नहीं हम कौन है? मुझे नहीं पता आप कौन है। कौन है आप? पैसा पूसा मोबाइल कहाँ है तेरा? आपको पैसा क्या, आपको क्या चाहिए? क्या पैसा, काहे का पैसा आपको दूं मैं? मेरी बात सुन ले नहीं, मैं तेरे को मार दूंगा। मेरे को ओ भाई की हो रहा है? की हो रहा है भैया? जा यार तेरा अपना काम कर। क्यों निकालूं पैसा? आपको पैसा क्यों दूं? ओए चलो, ओए चलो। क्या हो रहा है तेरे को? क्या है, है? भाई क्या है? भाई जाओ, तुम भाई जाओ, जाओ भाई, जाओ जाओ भाई, जाओ जाओ भाई, जाओ भाई, जाओ नहीं भाई, जाओ भाई, जाओ तू कौन है? जाओ तू, जाओ भाई प्लीज, जाओ यार तुम, तू कौन है यहाँ? ओ भाई लंघ जाए, मैं कोई भी हूँ भाई, लंघ जाओ यार प्लीज यार। ओ भाई बचाई, ओ भाई बचाई मनु, ओ भाई बचाई मनु, ओ भाई आ जा यार, आ जा पछे पछे पछे, चलो चलो चलो।
साला पता नहीं कहां से आ गया वो। चाबी कहां है? चाबी नहीं है। मुझे लगता है वो साथ वाला सरदार ले गया। वो साला चालाकी खेल गया वो सरदार हमारे पास। पाजी तुसी इदां करो, गड्डी रोक लो, मैनू तार दो, तुसी जाओ जिथे जाना गा। छोटे भीर इदां है, उन्हां कोल है मोटरसाइकिल, मोटरसाइकिल लेके वो पिछे आ जाणगे, अपना नुकसान करनगे। ਭਾਜੀ ਮੋਟਰਸਾਈਕਲ ਤਾਂ ਲੈ ਕੇ ਆਣਗੇ ਜੇ ਉਹਨਾਂ ਕੋਲ ਚਾਬੀ ਹੋਊਗੀ। ਚਾਬੀ ਤਾਂ ਮੇਰੇ ਕੋਲ ਹੈ, ਮੈਂ ਚਾਬੀ ਕੱਢ ਲਈ ਸੀ ਉਹਨੇ ਮੋਟਰਸਾਈਕਲ ਦੀ। ਬੱਲੇ ਉਹ ਵੀਰ, ਤੈਂ ਤਾਂ ਕਮਾਲ ਕਰਤੀ ਯਾਰ, ਆਪਣੇ ਦਿਮਾਗ ਵਾਲੀ ਵੀ ਗੱਲ ਕਰੀ ਹੈ ਅਤੇ ਨਾਲ ਨਾਲ ਮੇਰੀ ਜਾਨ ਵੀ ਬਚਾਤੀ। ਤਾਂ ਇਹ ਤਾਂ ਬਹੁਤ ਵਧੀਆ ਕੀਤਾ ਛੋਟੇ ਵੀਰ। ਲੈ ਵੱਡੇ ਭਾਈ, ਉਹ ਆ ਤਾਂ ਮੇਰਾ ਫਰਜ਼ ਸੀ। ਇਹ ਕਿੱਡੀ ਕੁ ਗੱਲ ਹੈਗੀ, ਇੱਕ ਸਰਦਾਰ ਹੀ ਸਰਦਾਰ ਦੇ ਕੰਮ ਆਉਂਦਾ ਗਾ। ਮੇਰੀ ਜਗ੍ਹਾ ਤੁਸੀਂ ਹੁੰਦੇ, ਤੁਸੀਂ ਨਾ ਮੇਰੀ ਜਾਨ ਬਚਾਉਂਦੇ। ਛੋਟੇ ਵੀਰ ਤੂੰ ਅੱਗੇ ਆ ਜਾ, ਮੈਂ ਤੈਨੂੰ ਘਰੇ ਛੱਡ ਦਿੰਦਾ। ਤੁਸੀਂ ਇੱਦਾਂ ਕਰੋ ਜੀ, ਮੈਨੂੰ ਤਾਰ ਦਿਓ, ਮੋੜ 'ਤੇ ਤਾਰ ਦਿਓ ਜੀ, ਉੱਥੋਂ ਮੈਨੂੰ ਕੋਈ ਨਾ ਕੋਈ ਆਟੋ ਮਿਲ ਜੂਗਾ, ਮੈਂ ਲੰਘ ਜੂੰਗਾ ਜੀ। ਛੋਟੇ ਵੀਰ ਮੈਂ ਤਾਰ ਤਾਂ ਤੈਨੂੰ ਦਿੰਦਾ ਹੈ, ਪਹਿਲਾਂ ਇਹ ਤਾਂ ਦੱਸੋ ਤੁਸੀਂ ਕੀ ਕੰਮ ਕਾਰ ਕਰਦੇ ਹੋ। ਭਾਅ ਜੀ ਕੰਮ ਕੰਮ ਤਾਂ ਮੇਰਾ ਇਹ ਹੈ ਜੀ, ਮੈਂ ਰੋਜ਼ ਕੰਮ ਦੀ ਤਲਾਸ਼ ਨਿਕਲ ਜਾਂਦਾ, ਬਸ ਆਹੀ ਮੇਰਾ ਕੰਮ ਹੈ। ਮੈਂ ਬੇਰੁਜ਼ਗਾਰ ਹੈ ਜੀ। ਛੋਟੇ ਵੀਰ ਤੂੰ ਅੱਜ ਤੋਂ ਬੇਰੁਜ਼ਗਾਰ ਨਹੀਂ ਹੈ, ਸਮਝ ਲੈ ਤੈਨੂੰ ਅੱਜ ਤੋਂ ਕੰਮ ਮਿਲ ਗਿਆ। ਭਾਅ ਜੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ, ਮੈਨੂੰ ਕੰਮ ਕਿਵੇਂ ਮਿਲ ਗਿਆ? ਮੈਂ ਪੰਜਾਬ ਪੁਲਿਸ 'ਚ IT ਐਡਵਾਈਜ਼ਰ ਹਾਂ। ਮੇਰੀ ਨਾ ਮਿਸ਼ੇ ਦਾ ਸਕੂਲ ਹੈ। ਅੱਛਾ ਜੀ। ਸਾਨੂੰ ਇੱਕ ਡਰਾਈਵਰ ਦੀ ਲੋੜ ਹੈ, ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੂੰ ਸਾਡੇ ਕੋਲ ਡਰਾਈਵਰੀ ਕਰ ਲਏਂਗਾ। ਲੈ ਭਾਅ ਜੀ ਤੁਸੀਂ ਤਾਂ ਮੇਰੀ ਟੈਨਸ਼ਨ ਹੀ ਖਤਮ ਕਰਤੀ, ਮੈਨੂੰ ਕੋਈ ਇਤਰਾਜ਼ ਨਹੀਂ ਜੀ। ਤੁਸੀਂ ਚਾਹੇ ਮੈਨੂੰ ਇੱਕ ਲੱਤ ਤੋਂ ਖੜਾ ਕਰ ਦਿਓ, ਮੈਂ ਤਾਂ ਉਹ ਵੀ ਤਿਆਰ ਹੈ ਜੀ, ਮੈਨੂੰ ਤਾਂ ਕੰਮ ਚਾਹੀਦਾ ਜੀ ਬਸ। ਪਰ ਸਾਨੂੰ ਇਹ ਦੱਸੋ ਤੁਸੀਂ ਤਨਖਾਹ ਕਿੰਨੀ ਲਓਗੇ? ਭਾਅ ਜੀ ਤੁਸੀਂ ਜੋ ਮਰਜ਼ੀ ਦੇ ਦਿਓ ਜੀ, ਤੁਸੀਂ ਐਡਾ ਬੜਾ ਆਸਾਨ ਮੇਰੇ 'ਤੇ ਕਰਤਾ, ਤੁਸੀਂ ਜੋ ਵੀ ਦਿਓਗੇ ਮੈਨੂੰ ਮਨਜ਼ੂਰ ਹੈ ਉਹ। ਮੈਂ ਤੈਨੂੰ ਸੈਲਰੀ ਜੀ 18,000 ਰੁਪਏ ਦਊਂਗਾ। ਤੇਰਾ ਕੰਮ ਸਿਰਫ ਇੰਨਾ ਹੀ ਹੈ ਵੀ ਮੈਡਮ ਨੂੰ ਘਰੋਂ ਸਕੂਲ ਲੈ ਜਾਣਾ, ਸਕੂਲ ਤੋਂ 2 ਵਜੇ ਮੈਡਮ ਨੂੰ ਘਰੇ ਛੱਡ ਦੇਣਾ, ਉਸ ਤੋਂ ਬਾਅਦ ਤੁਸੀਂ ਫ੍ਰੀ ਹੋ, ਤੁਸੀਂ ਕੋਈ ਕੰਮ ਕਰ ਨਹੀਂ ਕਰਨਾ। ਸਕੂਲ ਜਾ ਕੇ ਵੀ ਤੁਸੀਂ ਆਪਣਾ ਮੈਡਮ ਨੂੰ ਛੱਡ ਕੇ ਉਹ ਤੋਂ ਬਾਅਦ ਜਿੱਥੇ ਮਰਜ਼ੀ ਬੈਠੋ ਉੱਠੋ, ਤੁਹਾਨੂੰ ਕੋਈ ਕੁਛ ਨਹੀਂ ਕਹੂਗਾ। ਠੀਕ ਹੈ ਜੀ? ਠੀਕ ਹੈ ਜੀ। ਅਤੇ ਬਾਕੀ ਮੇਰੇ ਕੋਲ ਘਰੇ ਐਕਟਿਵਾ ਖੜਿਆ, ਤੁਸੀਂ ਉਹ ਐਕਟਿਵਾ ਚਲਾਓ, ਮੇਰੇ ਕੋਲ ਫ੍ਰੀ ਆ ਉਹ, ਤੁਸੀਂ ਕਦੇ ਵੀ ਤੁਰ ਕੇ ਨਹੀਂ ਜਾਣਾ, ਆਪਣਾ ਉਸ 'ਤੇ ਆਓ ਜਾਓ। ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਮੈਨੂੰ ਨੌਕਰੀ ਦਿੱਤੀ ਹੈਗੀ, ਮੇਰੀ ਸਾਰੀ ਮੁਸ਼ਕਿਲ ਦਾ ਹੱਲ ਤੁਸੀਂ ਕੱਢਤਾ। ਚਲੋ ਠੀਕ ਹੈ ਭਾਅ ਜੀ, ਫਿਰ ਮੈਨੂੰ ਹੁਣ ਜਾਣ ਦਿਓ ਜੀ। ਧੰਨਵਾਦ ਕਾਹਦਾ, ਤੈਂ ਮੇਰੇ 'ਤੇ ਕਿੱਡਾ ਵੱਡਾ ਆਸਾਨ ਕੀਤਾ ਹੈ, ਨੌਕਰੀ ਤਾਂ ਉਹਦੇ ਸਾਹਮਣੇ ਕੁਛ ਵੀ ਹੈ ਨਹੀਂ। ਜੇ ਤੁਹਾਨੂੰ ਕੱਲ੍ਹ ਨੂੰ ਕੋਈ ਵੀ ਲੋੜ ਪੈਂਦੀ ਹੈ, ਕਦੇ ਵੀ ਕਿਸੇ ਤਰ੍ਹਾਂ ਦੀ ਮੁਸੀਬਤ ਪੈਂਦੀ ਹੈ, ਤਾਂ ਨਿਧੜਕ ਹੋ ਕੇ ਮੈਨੂੰ ਕਦੇ ਵੀ ਆਪਣੀ ਗੱਲ ਦੱਸੀ। ਚਲੋ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਜੀ ਮੈਂ ਤੁਹਾਨੂੰ ਦੱਸ ਦੂੰਗਾ ਜੀ। ਹੁਣ ਇੱਦਾਂ ਕਰੋ ਜੀ, ਮੈਨੂੰ ਇੱਥੇ ਤਾਰ ਦਿਓ, ਮੈਨੂੰ ਕੋਈ ਨਾ ਕੋਈ ਸਾਧਨ ਮਿਲ ਜੂਗਾ ਜੇ ਮੈਂ ਘਰੇ ਚਲੀ ਜਾਵਾਂ। ਮੈਂ ਤੈਨੂੰ ਇੱਦਾਂ ਥੋੜ੍ਹਾ ਛੱਡਣਾ, ਮੈਂ ਤੈਨੂੰ ਘਰ ਛੱਡ ਕੇ ਆਊਂਗਾ। ਚਲੋ ਠੀਕ ਹੈ ਜੀ, ਫਿਰ ਛੱਡਿਆ ਬਾਈ। ਚਲੋ ਚਲੋ, ਕੀ ਕਰੀ ਜਾਂਦੀ ਹੈ? ਛੱਡ ਕੱਪੜਾ, ਕੀ ਸਫਾਈ ਕਰੀ ਜਾਂਦੀ? ਬੈਠ ਰਾਮ ਰਾਮ, ਬੈਠ ਬੈਠ। ਕੀ ਗੱਲ ਹੋ ਗਈ ਜੀ? ਮੈਨੂੰ ਕੰਮ ਮਿਲ ਗਿਆ। ਸੱਚੀ? ਹਾਂ। ਹੇ ਵਾਹਿਗੁਰੂ, ਸ਼ੁਕਰ ਹੈ ਤੇਰਾ। ਅਤੇ ਨਾਲੇ ਇੱਕ ਗੱਲ ਹੋਰ, ਆਹ ਤੈਨੂੰ ਕੱਪੜੇ ਕੁੱਪੜੇ ਸਿਉਣ ਦੀ ਲੋੜ ਨਹੀਂ ਹੈਗੀ, ਪਤਾ ਕਿੰਨੀ ਤਨਖਾਹ ਮਿਲੂਗੀ ਮੈਨੂੰ? ਮੈਨੂੰ 18,000 ਰੁਪਏ ਮਿਲੂਗਾ। ਅੱਛਾ? ਹਾਂ। ਸੱਚੀ? ਸੱਚੀ। ਅਤੇ ਨਾ ਮੇਰਾ ਕੰਮ ਕੀ ਹੈ, ਸਵੇਰੇ 8 ਵਜੇ ਸਕੂਲ ਦੀ ਮੈਡਮ ਨੂੰ ਛੱਡਣਾ ਗਾ ਸਕੂਲ 'ਚ, 2 ਵਜੇ ਤੁਸੀਂ ਮੈਡਮ ਨੂੰ ਘਰੇ ਛੱਡਣਾ, ਉਸ ਤੋਂ ਫ੍ਰੀ। ਮੈਂ ਨਾ ਹੁਣ ਕੋਈ ਪਾਰਟ ਟਾਈਮ ਜੋਬ ਵੀ ਕਰ ਲੂੰਗਾ ਸ਼ਾਮ ਨੂੰ, ਅਤੇ ਮੇਰਾ 30,000 ਰੁਪਏ ਹੋ ਜੇ ਕਰਨਾ। ਪਰ ਤੂੰ ਨਾ ਆਹ ਕੰਮ ਨਾ ਕਰੀ, ਕੀ ਫਾਇਦਾ ਆਪਣੇ ਅੱਖਾਂ ਗਾਲੇਗੀ। ਕੋਈ ਗੱਲ ਨਹੀਂ ਜੀ, ਜਿੰਨਾ ਕੁ ਮੇਰੇ ਤੋਂ ਹੋਇਆ ਮੈਂ ਕਰ ਲਿਆ ਕਰਨਾ, ਤੁਸੀਂ ਵੀ ਤਾਂ ਡਬਲ ਡਿਊਟੀਆਂ ਕਰੋਗੇ, ਮੈਂ ਘਰੇ ਬੈਠੀ ਕਰੀ, ਮੈਂ ਵੀ ਤਾਂ ਬੋਰ ਹੀ ਹੋਊਂਗੀ। ਚੱਲ ਹੁਣ ਆਪਾਂ ਨੂੰ ਕੰਮ ਮਿਲ ਗਿਆ, ਹੁਣ ਆਪਾਂ ਕਿਰਾਇਆ ਵੀ ਦੇ ਦੂੰਗੇ, ਨਾਲ ਇੱਕ ਗੱਲ ਹੋਰ, ਜੇ ਤਨਖਾਹ ਮਿਲੂਗੀ ਨਾ ਕੱਪੜੇ ਆਪਾਂ ਹੋਰ ਲਵਾਂਗੇ। ਆਪਾਂ ਨੂੰ ਕਿੰਨੇ ਦਿਨ ਹੋ ਗਏ ਆਪਾਂ ਆਹੀ ਕੱਪੜੇ 'ਚ ਫਿਰੀ ਜਾਂਦੇ ਹਾਂ। ਹੋਰ ਜੀ ਦੇਖਿਓ, ਇਹੀ ਧੋ ਲੈਂਦੇ ਹਾਂਗੇ, ਇਹੀ ਪਾ ਲੈਂਦੇ ਹਾਂਗੇ, ਮੈਨੂੰ ਤਾਂ ਨਾ ਬੜਾ ਔਖਾ ਹੋਇਆ ਪਿਆ ਗਾ। ਚਲੋ ਐਂ ਕਰੋ, ਹੁਣ ਤੁਸੀਂ ਜ਼ਰੂਰ ਕੱਪੜੇ ਲਿਓ। ਸ਼ੁਕਰ ਹੈ ਵਾਹਿਗੁਰੂ। ਪਰ ਤੁਹਾਨੂੰ ਨੌਕਰੀ ਕਿਵੇਂ ਮਿਲੀ ਹੈ? ਮੈਂ ਤੈਨੂੰ ਕਿਹਾ ਦੱਸਾਂ, ਜਦੋਂ ਮੈਂ ਘਰ ਤੋਂ ਨਿਕਲਿਆ ਕੰਮ ਵਾਸਤੇ, ਕੰਮ ਕੁੰਮ ਤਾਂ ਮੈਨੂੰ ਮਿਲਿਆ ਨਹੀਂ, ਜਦੋਂ ਮੈਂ ਵਾਪਸ ਆ ਰਿਹਾ ਤਾ ਨਾ ਮੈਂ ਦੇਖਿਆ ਰਸਤੇ 'ਚ ਇੱਕ ਬੰਦੇ ਨੂੰ 2 ਜਣੇ ਲੁੱਟਣ ਵਾਸਤੇ ਖੜ੍ਹੇ ਤੇ। ਹਾਏ! ਹਾਂ, ਉਹ ਮੈਂ ਕੀ ਕਰਿਆ, ਮੈਂ ਰਾਲੋ ਰੋਲਾ ਜਿਹਾ ਪਾ ਕੇ ਉਹ ਬੰਦੇ ਦੀ ਜਾਨ ਬਚਾ ਲਈ, ਉਹ ਭੱਜ ਗਏ ਜਿਹੜੇ ਚੋਰ ਤੇ। ਉਸ ਤੋਂ ਬਾਅਦ ਉਹ ਭਲੇ ਮਾਣਸ ਨੇ ਮੈਨੂੰ ਗੱਡੀ 'ਚ ਬਿਠਾ ਲਿਆ ਅਤੇ ਮੇਰਾ ਧੰਨਵਾਦ ਕਰਨ ਲੱਗ ਗਿਆ। ਮੈਨੂੰ ਕਹਿੰਦਾ ਤੁਸੀਂ ਕੀ ਕੰਮ ਕਰਦੇ ਹੋ?
मैं कहता काम तो मैं कुछ नहीं करता जी, मैं तो काम लभदा फिरदा, आही मेरा काम हैगा। वो बेचारे ने पता नहीं क्या तरस आया मेरे ते, कहिंदा अज तो बाद तू बेरोजगार नहीं है, तैनू काम मिल गया। मैं काम मिल गया? केड़ा काम मिल गया? वो कहिंदा भी मैं ना, वो कोई बड़ा अफसर से, हुण कोई अंग्रेजी च कहिंदा सी, मैनूं समझ ही लगी कोई बड़ा अफसर से। वो कहिंदा मेरी ना घर वाले दा स्कूल हैगा, कहिंदा ते सानूं ड्राइवर की लोड़ हैगी भी, सवेरे मैडम नूं छड्ड दे कर स्कूल च, 2 बजे तो बाद मैडम नूं घर छड्ड दे कर। नाले इक गल होर, मैनूं उन्हें ना स्कूटरी देती अपनी एक्टिवा, कहिंदा तू चला लिया कर। आ सच्ची? हाँ। चलो ये भी बढ़िया हो गया। बहुत भले मानस ने बेचारे, हुण ना मैं कल नूं जाणा गा। अच्छा हाँ, चल हुण तू टेंशन ना ले जावा भी, है मैं भी थोड़ा नहा धो लवा, मैं सवेर का खजल ही फिरदा गा। हाँ चल तुसी नहाओ, मैं रोटी पा दा। हाँ ठीक है, चल मैं रोटी पाउनी है, तुसी नहाओ मैं गर्म कर दा। हाय रब्बा, दस कल्ली जनी दा तां मेरा रोटी खाण नूं भी दिल नहीं करदा। रब्बा मैं की करां, किसी नूं दसण जोगी भी नहीं हैगी। मैं तां समझाई गई बथेरा, पुत इह माड़े कम ने, तू ना पै इहनां च, पर मेरी सुणदा कित्थे ती, किहनूं दसां मैं हुण, बहुत माड़ा हो गया। हाय रब्बा, नाले मैनूं तां पक्का ही पता है इह सारी कारस्तानी गुरिंदर उन्हों की है, उन्होंने पता ती भी यह पुठे कमां च पिया वै, अगले ने जिद कढ़ ली। हुण कही जांदा ती, मां मैनू तां बहुत बड़े बड़े अफसर जानते ने, हुण कोई नहीं खड़दा टाइम पे ते पुत, कोई नहीं खड़दा, हुण तां मैनू कल्ली ने भुगतनियां पैणगियां। हाय रब्बा की करां जी, जे अपन ना गेट खोले फिर। मेरी सुन गल, इन्ने औखे टाइम दे विच गेट कद नहीं खोलू, नाले अपां तां मम्मी दी मदद करन आए हैगे, हुण की इत्थे जख्म ते नून पाउण आए हो? हुण तां थोने बथेरी जिद कढ ली, फसाता मेरा पुत, हजे थोड़ा मन खुश नहीं होया? हुण तां ठंडे सिरे हो जाओ, हुण तां वग गया जेल च, हुण की करना है? सफाइयां देना आया मैनू? पर मम्मी असी तां पर कुछ नहीं, चलो इत्थों चलदे लगो, तुसी अपने मन दी आईयां कर लिया, वग जाओ इत्थों, बथेरा तुसी सानू तड़फाता, जाओ हुण इत्थों। मम्मी गल तां सुनो, असी नहीं, मैं नहीं थोड़ी कोई गल सुननी, तुसी ने की कच्च छड़ती है थोड़ियां गल्लां सुनिए? हैं मम्मी असी की करता, असी तां सगों उल्ट थोड़े नाल गल करन आए हैंगे। अच्छा हजे पुछदे हो की नहीं करिया, कासर की रहेगी वह भी कर लिया पूरी, जाओ इतो बग जाओ, खड़ा छड़ दो हूँ, हूँ तो मेरा पुत जेल च बग गया, हूँ थोड़िया मनाइया हो गई, बग जाओ हूँ इतो। गलत फहमी होगी? कोई गलत फहमी नहीं, मैं जान दी है, मैं जान दी थोनों सब। अच्छा गल तो सुनो एक बारी साढ़ी, मैं की कहा थोनू, थोड़िया गल् नहीं सुनदियाँ, कोई नहीं गल सुन सकती थोड़ी, थोने बहुत ज्यादा दुखी कर लिया, बग जाओ इतो, जाओ बग जाओ इतो, गल् सुनदियाँ। मैं सुन की कहती जी, बेइज्जती कराउण नूं आ गई तुसी। गेट खुल्ला ही पिया। मम्मी मम्मी लै फिर आ गए, हजे हुण तां तुसी इन्नी बेइज्जती करके भेजे ते फिर की करन आए हो हुण, चलो जाओ इत्थों। मम्मी साडी गल तां सुन लै। की गल्लां सुनी जावां, मैं नहीं सुनदी थोड़ियां गल्लां, जाओ इत्थों बग जाओ। ਮੰਮੀ ਗੱਲ ਤਾਂ ਸੁਣ ਲੈ, ਇੱਥੇ ਜਗਰੂਪ ਬਾਰੇ ਗੱਲ ਕਰਨ ਆਏ ਆ ਕੋਈ ਤੁਹਾਡੇ ਨਾਲ। ਮੈਂ ਕੋਈ ਗੱਲ ਨਹੀਂ ਸੁਣਨੀ ਤੁਹਾਡੀ, ਤੁਸੀਂ ਜਾਓ ਇੱਥੋਂ ਬਗ ਜਾਓ। ਮੰਮੀ ਮੇਰੀ ਗੱਲ ਸੁਣੋ, ਤੁਸੀਂ ਸਵੇਰੇ ਵੀ ਨਹੀਂ ਸਾਡੀ ਗੱਲ ਸੁਣੀ, ਤੁਸੀਂ ਨਾ ਸਾਡੀ ਹੁਣ ਵੀ ਨਹੀਂ ਗੱਲ ਸੁਣ ਰਹੇ, ਇੱਕ ਵਾਰੀ ਸਾਡੀ ਗੱਲ ਤਾਂ ਸੁਣ ਲਓ ਤੁਸੀਂ। ਤੁਸੀਂ ਬਹੁਤ ਬੁਰੀ ਕਰ ਰਹੇ ਹੋ ਮੇਰੇ ਪੁੱਤ ਨਾਲ, ਚੰਗਾ ਨਹੀਂ ਕਰ ਰਹੇ ਇਹ, ਤਾਂ ਹੀ ਤੁਹਾਡੀ ਗੱਲ ਸੁਣਨ ਦਾ ਮਨ ਨਹੀਂ ਕਰਦਾ ਮੇਰਾ, ਜਾ ਬਗ ਜਾਓ। ਮੰਮੀ ਗੱਲ ਤਾਂ ਸੁਣ ਲੈ ਸਾਡੀ। ਮੰਮੀ ਆ ਗਿਆ ਮੇਰਾ ਪੁੱਤ? ਹਾਂ ਹਾਏ ਹਾਏ ਮੇਰਾ ਪੁੱਤ ਆ ਗਿਆ। ਮੰਮੀ ਵੀਰੇ ਨੂੰ ਕਹਤੇ ਤੁਸੀਂ ਘੂਰ ਰਹੇ ਹੋ? ਪੁੱਤ ਇਹਨਾਂ ਨੇ ਬਹੁਤ ਮਾੜੀ ਕਰੀ ਆਪਾਂ ਨੇ, ਮੈਂ ਨਹੀਂ ਇਹਨਾਂ ਦੀਆਂ ਕੋਈ ਗੱਲਾਂ ਸੁਣਿਆ, ਇਹਨਾਂ ਨੂੰ ਕਹਿ ਦੇ ਇਸੇ ਟਾਈਮ ਚਲੇ ਜਾਣਾ ਇੱਥੇ ਸਾਡੇ ਘਰ ਤੋਂ। ਮੰਮੀ ਮਾੜੀ ਗੱਲ ਤਾਂ ਸੁਣ ਲਓ ਉਹਨਾਂ ਦੀ। ਲੈ ਤੂੰ ਇਹਨਾਂ ਦੀਆਂ ਕੀ ਗੱਲਾਂ ਸੁਣੇਗਾ, ਤੈਨੂੰ ਜੇਲ੍ਹ ਤੱਕ ਪਹੁੰਚਾਤਾ ਇਹਨਾਂ ਨੇ, ਸਾਰੀ ਕਾਰਸਤਾਨੀ ਪੁੱਤ ਇਹਨਾਂ ਦੀ ਆ ਇਹ। ਮੰਮੀ ਤੈਨੂੰ ਭੁਲੇਖਾ ਲੱਗਦਾ, ਜੇ ਮੈਂ ਅੱਜ ਇੱਥੇ ਘਰੇ ਖੜਾ ਨਾ ਤਾਂ ਉਹ ਇਹਨਾਂ ਦੀ ਬਦੌਲਤ ਕਰਨਾ। ਲੈ ਹੈਂ ਇਹ ਤੂੰ ਕੀ ਕਹੀ ਜਾਂਦਾ, ਇਹਨੂੰ ਕੌਣ ਜਾਣਦਾ, ਇਹਨਾਂ ਦੀ ਬਦੌਲਤ ਤੂੰ ਕਿਵੇਂ ਖੜ ਗਿਆ ਇੱਥੇ? ਮੰਮੀ ਤੁਸੀਂ ਵੀਰੇ ਦੇ ਮੂੰਹ 'ਚ ਹੀ ਸੁਣ ਲਓ। ਮੰਮੀ ਜਦੋਂ ਤੁਸੀਂ ਮੈਨੂੰ ਘਰੋਂ ਕੱਢਿਆ ਨਾ ਧੱਕੇ ਮਾਰ ਕੇ, ਤਾਂ ਮੈਨੂੰ ਕੰਮ ਨਹੀਂ ਸੀ ਮਿਲ ਰਿਹਾ ਕੋਈ ਵੀ, ਅਤੇ ਕੋਈ ਭਲਾ ਮਾਨਸ ਬੰਦਾ ਮਿਲਿਆ ਮੈਥੋਂ, ਉਹਦੀ ਮਦਦ ਹੋ ਗਈ ਤਾਂ ਉਹ ਬੰਦੇ ਨੇ ਮੈਨੂੰ ਕੰਮ ਦਿੱਤਾ ਅੱਗੇ।
अच्छा ਤਾਂ ਉਹ ਬੰਦੇ ਨੇ ਮੈਨੂੰ ਕਿਹਾ ਸੀ ਵੀ ਜ਼ਿੰਦਗੀ 'ਚ ਕਦੀ ਵੀ ਤੇਰੇ ਤੇ ਮੁਸੀਬਤ ਆਵੇ ਤੇਰੇ ਪਰਿਵਾਰ ਤੇ ਮੁਸੀਬਤ ਆਵੇ ਤਾਂ ਮੇਰੇ ਕੋਲ ਆ ਜੀ ਮੰਮੀ ਉਹ ਬਹੁਤ ਚੰਗੀ ਪੋਸਟ ਤੇ ਆ ਕੋਈ ਚੰਗਾ ਅਫਸਰ ਹੈ ਕੋਈ ਉਹ ਹੈਲੋ ਬੀਜੀ ਹਾਂਜੀ ਹਾਂਜੀ ਆਉਂਗਾ ਵੀਰ ਜੀ ਆਉਂਗਾ ਮੈਂ ਤੁਹਾਡੀ ਬੇਟੀ ਦੀ ਮੈਰਿਜ ਤੇ ਆਉਂਗਾ ਕਿਉਂ ਨਾ ਤੁਹਾਡੀ ਬੇਟੀ ਕਿਉਂ ਮੇਰੀ ਵੀ ਬੇਟੀ ਆ ਉਹ ਮੈਂ ਆਉਂਗਾ ਉਹਦੇ ਵਿਆਹ ਤੇ ਹਾਂ ਚਲੋ ਵੀਰ ਜੀ ਮੈਂ ਬਾਅਦ 'ਚ ਕਰਦਾ ਤੁਹਾਡੇ ਨਾਲ ਗੱਲ ਬਾਅਦ 'ਚ ਕਰਦਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਇੱਕ ਬੇਨਤੀ ਲੈ ਕੇ ਆਇਆ ਤੁਹਾਡੇ ਕੋਲ ਬੇਨਤੀ ਗੁਰਿੰਦਰ ਖੜਾ ਖੜਾ ਥੋੜ੍ਹੇ ਦੇ ਸਿੰਘ ਬਹਿ ਜਾ ਯਾਰ ਬਹਿ ਕੇ ਦੱਸ ਮੈਨੂੰ ਕੀ ਬੇਨਤੀ ਹੈ ਭਾਜੀ ਮੈਂ ਤਾਂ ਇੱਦਾਂ ਆਇਆ ਸੀ ਮੈਂ ਆਪਣੇ ਪਰਿਵਾਰ ਵਾਸਤੇ ਆਇਆ ਸੀ ਤੁਹਾਡੇ ਕੋਲ ਗੁਰਿੰਦਰ ਤੂੰ ਬੇਨਤੀ ਨਹੀਂ ਕਰਨੀ ਹੈ ਤੇਰੇ ਤਾਂ ਅਹਿਸਾਨ ਮੇਰੇ 'ਤੇ ਬਹੁਤ ਜ਼ਿਆਦਾ ਨੇ ਬੇਨਤੀ ਨੇ ਤੂੰ ਹੁਕਮ ਕਰ ਕਿਹੜਾ ਇਸ ਕੰਮ ਮੁਕਾਇਆ ਸੀ ਗੱਲ ਇੱਦਾਂ ਜੀ ਤੁਹਾਨੂੰ ਤਾਂ ਪਤਾ ਜੀ ਮੇਰਾ ਭਰਾ ਹੈ ਨਾ ਅਤੇ ਮੈਂ ਤਾਂ ਉਹਦੇ ਵਾਸਤੇ ਆਇਆ ਸੀ ਗੁਰਿੰਦਰ ਕਿਹੜਾ ਭਰਾ ਜਿਹੜਾ ਤੇਰਾ ਸੁਤੇਲਾ ਭਰਾ ਹੈ ਉਹਦੀ ਗੱਲ ਕਰਦਾ ਹਾਂਜੀ ਗੁਰਿੰਦਰ ਉਹਨਾਂ ਨੇ ਤੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਸੀਗਾ ਨਾਲੇ ਤੂੰ ਕਹਿੰਦਾ ਮੇਰੀ ਮਤਰੇਈ ਮਾਂ ਹੈ ਮਤਰੇਈ ਮਾਂ ਨੇ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਘਰੋਂ ਤੂੰ ਉਹਨਾਂ ਦੀ ਮਦਦ ਵਾਸਤੇ ਆਇਆ ਮੇਰੇ ਕੋਲ ਹਾਂਜੀ ਭਾਅ ਜੀ ਉਹਨਾਂ ਵਾਸਤੇ ਆਇਆ ਜੀ ਮੈਂ ਦੇਖੋ ਜੀ ਉਹਨਾਂ ਦਾ ਠੀਕ ਹੈ ਧੱਕੇ ਮਾਰ ਕੇ ਮੈਨੂੰ ਕੱਢਤਾ ਜਿਹੋ ਜਿਹੀ ਅਕਲ ਸੀ ਉਹਨਾਂ ਨੇ ਵਰਤ ਲਈ ਪਰ ਹੁਣ ਜੇ ਮੈਂ ਵੀ ਉਹਨਾਂ ਨਾਲ ਇਸ ਤਰ੍ਹਾਂ ਦਾ ਮਾੜਾ ਵਰਤਾਵ ਕਰੂੰਗਾ ਤਾਂ ਫਿਰ ਮੇਰੇ ਤੇ ਉਹਨਾਂ 'ਚ ਫਰਕ ਹੀ ਰਹਿ ਗਿਆ ਅਤੇ ਹੁਣ ਜਿਹੋ ਜਿਹਾ ਟਾਈਮ ਮੇਰੇ ਭਰਾ 'ਤੇ ਆਇਆ ਹੋਇਆ ਮੈਂ ਤਾਂ ਕਹਿੰਦਾ ਕਿਸੇ 'ਤੇ ਆਵੇ ਨਾ ਮੈਂ ਤੁਹਾਨੂੰ ਕੀ ਦੱਸਾਂ ਜੀ ਮੇਰਾ ਭਰਾ ਲੱਗ ਗਿਆ ਸੀ ਪੁੱਠੇ 'ਤੇ ਕੰਮ ਕਰਨ ਇੱਧਰ ਸਮਾਨ ਸਮੂਹ ਜਾਂ ਨਸ਼ਾ ਨੁਸ਼ਾ ਲੱਗ ਗਿਆ ਸੀ ਵੇਚਣ ਅਤੇ ਉਹ ਕਿਸੇ ਨੇ CID ਕਰਤੀ ਅਤੇ ਪੁਲਿਸ ਨੇ ਚੱਕ ਲਿਆ ਉਹਨੂੰ ਮੈਂ ਉਹਦਾ ਵੱਡਾ ਭਰਾ ਹੈ ਜੀ ਅਤੇ ਵੱਡਾ ਭਰਾ ਹੋਣ ਦੇ ਨਾਤੇ ਮੇਰਾ ਫਰਜ਼ ਹੈ ਉਹਨੂੰ ਹਰੇਕ ਔਖੇ ਟਾਈਮ ਵਿੱਚ ਉਹਦੀ ਮਦਦ ਕਰਨਾ ਅਤੇ ਮੈਂ ਨਹੀਂ ਚਾਹੁੰਦਾ ਵੀ ਮੇਰੇ ਪਰਿਵਾਰ 'ਤੇ ਕਿਸੇ ਵੀ ਤਰ੍ਹਾਂ ਦੀ ਉਂਗਲ ਉੱਠੇ ਕੋਈ ਵੀ ਮੇਰੇ ਪਰਿਵਾਰ ਨੂੰ ਕਹੇ ਕਿ ਨਸ਼ੇੜੀ ਦਾ ਘਰ ਹੈਗਾ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਜੀ ਮੇਰੇ ਭਰਾ ਦੀ ਜ਼ਮਾਨਤ ਕਰਾ ਦਿਓ ਗੁਰਿੰਦਰ ਹੱਥ ਥੱਲੇ ਕਰ ਰਿਹਾ ਹੱਥ ਬੰਨਣ ਦੀ ਲੋੜ ਨਹੀਂ ਹੈਗੀ ਤੂੰ ਮੇਰੇ ਕੋਲ ਪਹਿਲੀ ਵਾਰੀ ਆਇਆ ਮੈਂ ਤੇਰੀ ਮਦਦ ਕਰੂੰਗਾ ਪਰ ਗੁਰਿੰਦਰ ਯਾਰ ਮੈਂ ਇੱਕ ਗੱਲ ਸੋਚਦਾ ਹੈ ਵੀ ਤੇਰੇ ਭਰਾ ਨੇ ਅਤੇ ਤੇਰੀ ਮੰਮੀ ਨੇ ਤੈਨੂੰ ਘਰੋਂ ਬਾਹਰ ਧੱਕੇ ਮਾਰ ਕੇ ਕੱਢਤਾ ਤੂੰ ਫਿਰ ਵੀ ਉਹਨਾਂ ਬਾਰੇ ਇੰਨਾ ਸੋਚਦਾ ਯਾਰ ਤੈਨੂੰ ਤੇਰਾ ਉਹਨੇ ਘਰੋਂ ਕੋਈ ਕੱਪੜਾ ਵੀ ਨਹੀਂ ਚੱਕਣ ਦਿੱਤਾ ਤੂੰ ਇੱਕੇ ਸ਼ਰਟ 'ਚ ਇੰਨੇ ਦਿਨ ਘੁੰਮਦਾ ਰਿਹਾ ਯਾਰ ਤੂੰ ਇੰਨਾ ਕਿਉਂ ਸੋਚਦਾ ਉਹਨਾਂ ਬਾਰੇ ਤੂੰ ਇਨਸਾਨ ਹੈ ਕਿ ਕੀ ਹੈ ਤੂੰ ਹਰੇਕ ਬਾਰੇ ਇੰਨਾ ਕਿਉਂ ਸੋਚਦਾ ਯਾਰ ਮੈਂ ਤਾਂ ਜੀ ਆਮ ਇਨਸਾਨ ਹੈ ਇੱਕ ਮਾਂ ਦਾ ਪੁੱਤ ਹੈ ਜੀ ਇੱਕ ਭਰਾ ਦਾ ਵੱਡਾ ਭਰਾ ਹੈ ਜੀ ਇੱਕ ਵਿਚਾਰੀ ਰੱਬ ਵਰਗੀ ਔਰਤ ਦਾ ਘਰ ਵਾਲਾ ਗਾ ਮੈਂ ਹੋਰ ਕੁਝ ਨਹੀਂ ਹੈਗਾ ਜੀ ਪਰ ਮੈਂ ਤੁਹਾਨੂੰ ਬਾਰ ਬਾਰ ਇੱਕ ਗੱਲ ਕਹਿੰਦਾ ਜੀ ਤੁਸੀਂ ਮੇਰੇ ਭਰਾ ਨੂੰ ਬਾਹਰ ਕਢਾਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਗੁਰਿੰਦਰ ਤੇਰੇ ਅਤੇ ਤੇਰੇ ਭਰਾ ਦੇ ਅਤੇ ਤੇਰੀ ਮਾਂ ਨੇ ਬੜੇ ਤਸ਼ੱਦਦ ਕੀਤੇ ਨੇ ਪਰ ਫਿਰ ਵੀ ਤੂੰ ਉਹਨਾਂ ਦੀ ਮਦਦ ਕਰਦਾ ਹੈ ਤੂੰ ਮੇਰੇ ਕੋਲ ਆਇਆ ਹੈ ਤੇਰੇ ਮੇਰੇ 'ਤੇ ਅਹਿਸਾਨ ਬਹੁਤ ਜ਼ਿਆਦਾ ਨੇ ਮੈਂ ਤੇਰੇ ਕਹਿਣ 'ਤੇ ਮਦਦ ਕਰ ਦਿੰਦਾ ਚਲੋ ਗੁਰਿੰਦਰ ਮੈਂ ਫਿਰ ਫੋਨ ਉਹਨਾਂ ਨੂੰ ਕਰ ਦਿੰਦਾ ਮੈਂ SHO ਸਾਹਿਬ ਨੂੰ ਕਹਿ ਦਿੰਦਾ ਇਹਦੇ ਬਾਰੇ ਹੈਲੋ ਹਾਂਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਸ਼ਰਮਾ ਜੀ ਤੁਹਾਡੇ ਕੋਲ ਨਾ ਇੱਕ ਜਗਰੂਪ ਸਿੰਘ ਨਾਮ ਦਾ ਬੰਦਾ ਫੜਿਆ ਹੋਇਆ ਤੁਸੀਂ ਹਾਂਜੀ 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 ਉਹ ਬੰਦਾ ਨਾ ਆਪਣਾ ਹੈ ਅਤੇ ਉਹਦੇ ਭਰਾ ਨੂੰ ਭੇਜਣਾ ਮੈਂ ਤੁਹਾਡੇ ਕੋਲ ਗੁਰਿੰਦਰ ਸਿੰਘ ਨਾਮ ਦਾ ਬੰਦਾ ਆਊਗਾ ਉਹ ਬੰਦੇ ਨਾਲ ਜੀ ਉਹਨੂੰ ਭੇਜ ਦਿਓ ਤੁਸੀਂ ਇਹ ਆਪਣੇ ਬੰਦੇ ਨੇ ਜੀ ਖਾਸ ਹਾਂਜੀ ਉਹਨੇ ਇੱਕ ਫੋਨ ਦੇ ਉੱਪਰ ਨਾ ਜਗਰੂਪ ਦੀ ਜ਼ਮਾਨਤ ਕਰਾ ਦਿੱਤੀ ਅਸੀਂ ਤਾਂ ਆਹੀ ਤੁਹਾਡੇ ਨਾਲ ਸਵੇਰੇ ਗੱਲ ਕਰਨ ਆਏ ਸੀ ਵੀ ਮੰਮੀ ਘਾਬਰੋ ਨਾ ਔਖੇ ਟਾਈਮ 'ਚ ਅਸੀਂ ਨਾਲ ਹਾਂ ਤੁਹਾਡੇ ਭਾਵੇਂ ਸਾਡੇ ਘਰ ਦੇ ਵਿੱਚ ਨਾ ਬਣੇ ਇੱਕ ਦੂਜੇ ਨਾਲ ਪਰ ਜਦੋਂ ਪਰਿਵਾਰ 'ਤੇ ਮੁਸੀਬਤ ਆਉਂਦੀ ਹੈ ਨਾ ਤਾਂ ਫਿਰ ਸਾਨੂੰ ਇਕੱਠੇ ਹੋ ਕੇ ਰਹਿਣਾ ਪੈਣਾ ਪਰ ਤੁਸੀਂ ਇਹਦਾ ਸਾਨੂੰ ਸਵੇਰੇ ਵੀ ਜਲੀਲ ਕਰਕੇ ਤੋਰਿਆ ਅਤੇ ਹੁਣ ਵੀ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ ਹਾਏ ਹਾਏ ਪੁੱਤ ਮੈਂ ਤਾਂ ਤੁਹਾਨੂੰ ਕਾਲੀ ਕਾਲੀ 'ਚ ਤੁਸੀਂ ਨਾ ਇੰਨੇ ਤੱਤੇ ਨਾ ਹੋਇਆ ਕਰੋ ਜੇ ਇੱਕ ਵਾਰੀ ਵੀਰੇ ਦੀ ਗੱਲ ਸੁਣ ਲੈਂਦੇ ਨਾ ਤਾਂ ਵੀਰੇ ਹੁਣਾਂ ਨੂੰ ਇੰਨਾ ਦੁੱਖ ਨਾ ਲੱਗਦਾ ਤੁਸੀਂ ਸਵੇਰੇ ਵੀ ਇਹਨਾਂ ਨੂੰ ਮੋੜਤਾ ਪੁੱਤ ਜਗਰੂਪ ਮੈਨੂੰ ਤਾਂ ਇਹ ਪੂਰੀ ਸ਼ੱਕ ਤੀ ਵੀ ਜਿਹੜਾ ਤੂੰ ਥਾਣੇ 'ਚ ਫਸਾਇਆ ਗਿਆ ਉਹ ਤੈਨੂੰ ਗੁਰਿੰਦਰ ਉਹਨਾਂ ਨੇ ਫਸਾਇਆ ਮੇਰੇ ਤਾਂ ਪੁੱਤ ਮਨ 'ਚ ਇਹੀ ਤੀ ਮੰਮੀ ਇਹਨਾਂ ਨੇ ਨਹੀਂ ਫਸਾਇਆ ਉਹ ਮੇਰੀਆਂ ਆਪਣੀਆਂ ਕੁਛ ਗਲਤੀਆਂ ਸੀ ਮੈਂ ਪੈਸੇ ਕਰਕੇ ਇੰਨਾ ਹੋ ਗਿਆ ਸੀ ਮੈਨੂੰ ਪੈਸਾ ਇੰਨਾ ਆਉਣ ਲੱਗ ਗਿਆ ਸੀ ਜੋ ਮੈਂ ਗੰਦੇ ਗੰਦੇ ਕੰਮ ਕਰਦਾ ਸੀਗਾ ਮੈਨੂੰ ਪਤਾ ਨਹੀਂ ਸੀਗਾ ਵੀ ਮੇਰੇ ਨਾਲ ਜੇਲ੍ਹ 'ਚ ਆਹਲਾ ਕੰਮ ਹੋਊਗਾ ਪੁੱਤ ਮੇਰੇ ਤਾਂ ਗਲਤੀ 'ਚ ਇਹਨਾਂ ਨੂੰ ਬੋਲਿਆ ਵੀ ਬਹੁਤ ਕੁਛ ਗਿਆ ਮੈਂ ਤਾਂ ਇਹਨਾਂ ਨੂੰ ਸਵੇਰੇ ਵੀ ਬਹੁਤ ਜ਼ਿਆਦਾ ਜਲੀਲ ਕਰਿਆ ਬਹੁਤ ਪੁੱਠਾ ਸਿੱਧਾ ਬੋਲੀ ਆ ਮੈਂ ਤਾਂ ਇਹਨਾਂ ਨੂੰ ਚੱਲ ਮੰਮੀ ਕੋਈ ਨਹੀਂ ਅਸੀਂ ਨਹੀਂ ਗੁੱਸਾ ਕੀਤਾ ਜੇ ਅਸੀਂ ਗੁੱਸਾ ਕਰਦੇ ਤਾਂ ਅਸੀਂ ਜਗਰੂਪ ਨੂੰ ਲੈ ਕੇ ਨਾ ਘਰ ਆਉਂਦੇ ਸਾਨੂੰ ਪਤਾ ਕੀ ਸੀ ਮੰਮੀ ਵੀ ਮੰਮੀ ਹੁਣੀ ਬਹੁਤ ਤੰਗ ਕਿ ਤੁਸੀਂ ਜਗਰੂਪ ਦਾ ਕਰਦੇ ਹੋ ਜ਼ਿਆਦਾ ਅਸੀਂ ਸਿਰਫ ਤੁਹਾਨੂੰ ਆਪਣੇ ਨਾਲ ਲਿਜਾਣ ਆਏ ਸੀ ਵੀ ਸਾਡੇ ਨਾਲ ਚੱਲੋ ਆਪਾਂ ਜਗਰੂਪ ਨੂੰ ਛਡਾ ਕੇ ਲਿਆਈਏ ਪਰ ਤੁਸੀਂ ਤਾਂ ਮੰਮੀ ਸਾਡੀ ਗੱਲ ਨਹੀਂ ਸੁਣੀ ਚੱਲ ਜੋ ਹੋ ਗਿਆ ਛੱਡੋ ਪਰਾਂ ਹੁਣ ਜਗਰੂਪ ਘਰ ਆ ਗਿਆ ਤੁਸੀਂ ਠੀਕ ਠਾਕ ਰਹੋ ਜਗਰੂਪ ਭਾਈ ਆਹ ਕੰਮ ਛੱਡਦੇ ਮਾੜੇ
ਠੀਕ ਹੈ, ਇਹ ਕੰਮਾਂ 'ਚ ਕੁਛ ਨਹੀਂ ਰੱਖਿਆ, ਕੋਈ ਨਾਲ ਨਹੀਂ ਖੜਦਾ, ਤੁਸੀਂ ਖੁਸ਼ੀ ਖੁਸ਼ੀ ਰਹੋ, ਅਸੀਂ ਹੁਣ ਚੱਲਦੇ ਹਾਂ, ਚੱਲ ਕਰ ਪੁੱਤ। ਪਰ ਪੁੱਤ ਮੈਥੋਂ ਤਾਂ ਬਹੁਤ ਬੜੀ ਗਲਤੀ ਹੋ ਗਈ, ਹੁਣ ਤੁਸੀਂ ਸਾਨੂੰ ਇਕੱਲ ਛੱਡ ਕੇ ਨਾ ਜਾਓ ਪੁੱਤ, ਇਹ ਤਾਂ ਤੁਹਾਡਾ ਬੜੱਪਣ ਹੈ ਜਿਹੜਾ ਤੁਸੀਂ ਇੰਨਾ ਸਾਡੇ ਵਾਸਤੇ ਸੋਚਿਆ। ਮੰਮੀ ਮੈਂ ਵੀ ਤੁਹਾਡੇ ਤੋਂ ਮਾਫ਼ੀ ਚਾਹੁੰਦਾ, ਮੈਂ ਉਦੋਂ ਧੱਕਾ ਮਾਰ ਕੇ ਤੈਨੂੰ ਸੁੱਟ ਗਿਆ, ਮੈਨੂੰ ਪੈਸੇ ਨੇ ਇੰਨਾ ਕਰਤਾ ਸੀ ਵੀਰੇ, ਤੈਨੂੰ ਵੀ ਮੈਂ ਬਹੁਤ ਧੱਕੇ ਮਾਰੇ, ਜੇ ਤੂੰ ਮੇਰੀ ਜ਼ਿੰਦਗੀ ਨਾ ਬਚਾਉਂਦਾ ਨਾ ਤਾਂ ਅੱਜ ਮੈਂ ਜੇਲ੍ਹਾਂ ਦੀਆਂ ਚੱਕੀਆਂ ਪੀਸਦਾ ਹੁੰਦਾ। ਸੁਣ ਗੱਲ ਜਗਰੂਪ, ਤੂੰ ਛੋਟਾ ਹੈ ਮੇਰੇ ਤੋਂ, ਮੈਂ ਤੈਨੂੰ ਕਦੇ ਵੀ ਬੇਗਾਨਾ ਨਹੀਂ ਸਮਝਿਆ, ਕਦੇ ਮੈਂ ਤੈਨੂੰ ਮਤਰੇਆ ਨਹੀਂ ਸਮਝਿਆ। ਮੰਮੀ ਮੈਂ ਤੁਹਾਨੂੰ ਅੱਜ ਤੱਕ ਕਦੇ ਮਤਰੇਈ ਮਾਂ ਨਹੀਂ ਸਮਝਿਆ, ਮੈਂ ਜਦੋਂ ਵੀ ਸਮਝਿਆ ਨਾ ਤੁਹਾਨੂੰ ਆਪਣੀ ਮਾਂ ਹੀ ਸਮਝਿਆ। ਮੈਂ ਕਦੀ ਨਹੀਂ ਸੀ ਚਾਹੁੰਦਾ ਮੈਂ ਤੁਹਾਡੇ ਵਾਸਤੇ ਕੋਈ ਦੁੱਖ ਲੈ ਕੇ ਆਵਾਂ, ਮੈਂ ਤੁਹਾਡੇ 'ਤੇ ਮੁਸੀਬਤ ਬਣਾ, ਤੁਸੀਂ ਜਿਵੇਂ ਜਿਵੇਂ ਕਹਿੰਦੇ ਸੀ ਨਾ ਮੈਂ ਉਵੇਂ ਉਵੇਂ ਕਰਦਾ ਸੀ। ਮੈਨੂੰ ਪਤਾ ਕੀ ਸੀ ਵੀ ਸਿਰਫ ਮੈਂ ਇਸ ਘਰ ਦੇ ਵਿੱਚ ਰਹਾਂ, ਜਿਹੜੀ ਬੇਗਾਨੀ ਮੇਰੇ ਨਾਲ ਵਿਆਹੀ ਹੈ ਨਾ ਉਹ ਤੰਗ ਨਾ ਵਿਚਾਰੀ ਹੋਵੇ, ਉਹਨੂੰ ਮੇਰੇ ਕਰਕੇ ਮੁਸੀਬਤ ਨਾ ਆਵੇ, ਮੈਂ ਤਾਂ ਇਹੀ ਚਾਹੁੰਦਾ ਸੀ ਬਸ। ਪਰ ਤੁਸੀਂ ਮੇਰੀ ਗੱਲੇ ਨਹੀਂ ਸਮਝੀ ਹੈਗੀ। ਪੁੱਤ ਗੁਰਿੰਦਰ ਤੇਰਾ ਕਦੇ ਮਤਰੇਆ ਭਾਈ ਨਹੀਂ ਬਣਿਆ, ਪਰ ਮੈਂ ਮਤਰੇਈ ਮਾਂ ਹੁਣ 'ਚ ਪੁੱਤ ਤੇਰੀ ਕੋਈ ਕਸਰ ਨਹੀਂ ਛੱਡੀ, ਮੈਂ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਨੇ, ਮੈਂ ਤਾਂ ਪੁੱਤ ਆਪਣੀ ਨੂੰਹ ਰਾਣੀ ਨਾਲ ਵੀ ਇੰਨੀਆਂ ਵਧੀਕੀਆਂ ਕਰੀਆਂ, ਮੈਂ ਤਾਂ ਕੋਈ ਇਹਦੇ ਨਾਲ ਵੀ ਕਸਰ ਨਹੀਂ ਛੱਡੀ। ਪੁੱਤ ਜਗਰੂਪ ਹੁਣ ਤੂੰ ਇਹਨਾਂ ਨੂੰ ਆਪਣੇ ਅੰਦਰ ਲਿਆ, ਨਾਲੇ ਸਾਡੀਆਂ ਗਲਤੀਆਂ ਕਹਿ ਮਾਫ਼ ਕਰ ਦਿਓ ਵੀਰੇ। ਵੀਰੇ ਤੁਸੀਂ ਹੁਣ ਵੱਡੇ ਹੋਣ ਦੇ ਨਾਤੇ ਨਾ ਇੱਕ ਵੱਡਾ ਭਰਾ ਨਹੀਂ ਇੱਕ ਪਿਓ ਵੀ ਹੋ, ਹੁਣ ਤੁਸੀਂ ਇਸ ਘਰ ਨੂੰ ਸਾਂਭਣਾ, ਹੁਣ ਆਪਾਂ ਦੋਨੇ ਇਕੱਠੇ ਰਹਿ ਕੇ ਨਾ ਇਕੱਠੇ ਹੀ ਕੰਮ 'ਤੇ ਜਾਇਆ ਕਰਾਂਗੇ, ਆਪਾਂ ਸਾਰੀਆਂ ਆਹ ਜਿਹੜੀਆਂ ਗਲਤ ਫਹਿਮੀਆਂ ਨੇ ਇਹ ਸਭ ਦੂਰ ਕਰਨੀਆਂ। ਸਭ ਦੂਰ ਕਰ ਦਿਓ ਪੁੱਤ, ਹੁਣ ਤੁਸੀਂ ਖੁਸ਼ੀ ਖੁਸ਼ੀ ਨਾਲ ਆਪਣੀ ਸਾਡੀ ਨੂੰਹ ਵੀ ਸਾਡੇ ਨਾਲ ਰਹੂਗੀ, ਪੁੱਤ ਤੂੰ ਵੀ ਸਾਡੇ ਨਾਲ ਰਹਿ, ਆਪਾਂ ਆਪਣੇ ਘਰ 'ਚ ਜਾਵਾਂਗੇ, ਆਪਾਂ ਨੂੰ ਰੱਬ ਨੇ ਪੁੱਤ ਬਹੁਤ ਕੁਛ ਦਿੱਤਾ ਵਾ, ਪਰ ਮੇਰੀ ਉਹ ਮੱਤ ਮਾਰੀ ਗਈ ਤੀ, ਮੈਂ ਪੁੱਤ ਤੈਨੂੰ ਸਮਝ ਨਹੀਂ ਸਕੀ। ਚੱਲ ਮੰਮੀ ਵੀਰੇ ਹੁਣ ਤੂੰ ਵੀ ਇਸ ਘਰ ਦਾ ਹਿੱਸਾ, ਚਲੋ ਆ ਜਾਓ ਪੁੱਤ, ਆ ਜਾਓ ਤੁਹਾਡਾ ਘਰ ਹੈ ਆਪਣਾ।